ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਮੈਂ ਤੁਹਾਡਾ ਆਪਣਾ ਅਮਨ ਸਿੰਘ ਦੀਪ ਤੇ ਹਾਜ਼ਰ ਹਾਂ ਜੀ ਪੰਜਾਬੀ ਇੰਡਸਟਰੀ ਦਾ ਨੰਬਰ 1 ਚੈਟ ਸ਼ੋਅ ਲੈ ਕੇ, ਜਿਹਦਾ ਨਾਮ ਹੈ ਜੀ PTC ਸ਼ੋਕੇਸ। ਦੋਸਤੋ, ਅੱਜ ਜਿਸ ਮਹਿਮਾਨ ਦੇ ਨਾਲ ਮੈਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਿਹਾ, ਉਹ ਆਫ ਸਕਰੀਨ ਨੇ ਬਾਕਸਰ, ਪਰ ਔਨ ਸਕਰੀਨ ਹੀ ਸਿਰਫ ਪੰਚ ਮਾਰ ਕੇ ਹੱਡੀਆਂ ਤੋੜਦੇ ਨੇ ਆਪਣੇ ਦੁਸ਼ਮਣਾਂ ਦੀਆਂ। ਵੈਸੇ ਤਾਂ ਮੈਡੀਕਲ ਲਾਈਨ ਦੇ ਸਟੂਡੈਂਟ ਨੇ, ਪਰ ਹੌਸਪੀਟਲ ਕਦੇ ਆਪ ਨਹੀਂ ਗਏ, ਬਾਕੀਆਂ ਨੂੰ ਪਹੁੰਚਾਉਂਦੇ ਨੇ। ਪੰਜਾਬੀ ਇੰਡਸਟਰੀ ਦਾ ਸਭ ਤੋਂ ਵੱਡਾ ਵਿਲਨ ਮੈਂ ਗੱਲ ਕਰ ਰਿਹਾ ਜੀ ਯਾਦ ਗਰੇਵਾਲ ਦੀ। ਸਤਿ ਸ਼੍ਰੀ ਅਕਾਲ ਭਾਅ ਜੀ, ਸਵਾਗਤ ਹੈ ਤੁਹਾਡਾ PTC ਸ਼ੋਕੇਸ ਦੇ ਵਿੱਚ। ਥੈਂਕ ਯੂ ਅਮਨ, ਸਤਿ ਸ਼੍ਰੀ ਅਕਾਲ। ਅੱਛਾ ਭਾਅ ਜੀ, ਔਨ ਸਕਰੀਨ ਬੜੀ ਬਾਕਸਿੰਗ ਕੀਤੀ ਹੈ ਤੁਸੀਂ, ਹੈ ਨਾ, ਬੜੇ ਮੁੱਕੇ, ਬੜੇ ਪੰਚਿਸ ਠੋਕੇ ਨੇ। ਸੋ ਮੈਨੂੰ ਇਹ ਦੱਸੋ ਕਿ ਇਹ ਪੰਚਿਸ ਦਾ ਜਾਦੂ ਰੀਅਲ ਲਾਈਫ ਦੇ ਵਿੱਚ ਵੀ ਚੱਲਦਾ? ਨਹੀਂ ਯਾਰ, ਰੀਅਲ ਲਾਈਫ ਦੇ ਵਿੱਚ ਤਾਂ ਨਹੀਂ ਚੱਲਦਾ। ਖੈਰ, ਨਹੀਂ ਇਮੇਜ ਹੁੰਦੀ ਨਾ ਕਿ ਬੰਦਾ ਯਾਰ ਹਿਸਾਬ ਨਾਲ ਗੱਲ ਕਰਨੀ ਪਾ ਕੇ ਤੇ ਅੱਗੋਂ ਮੁੱਕਾ ਨਾ ਜਾਏ। ਨਹੀਂ 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 ਨਹੀਂ, ਐਕਚੁਅਲੀ ਰੀਅਲ ਲਾਈਫ ਦੇ ਵਿੱਚ ਤਾਂ ਮੈਂ ਬੜਾ ਸੌਫਟ ਹਾਰਟ ਜਿਹਾ ਬੰਦਾ ਯਾਰ। ਅੱਛਾ ਜੀ, ਵੈਰੀ ਸੌਫਟ ਆ। ਸੋ ਮਤਲਬ ਅਖਰੋਟ ਹੀ ਹੈ। ਸਹੀ ਹੈ ਜੀ। ਸੋ ਭਾਅ ਜੀ, ਤੁਸੀਂ ਹਮੇਸ਼ਾ ਇੱਕ ਚੀਜ਼ ਦੱਸੋ ਕਿ ਮੈਂ ਬੜੀ ਵਾਰੀ ਦੇਖਿਆ ਕਿ ਤੁਸੀਂ ਬੜੀ ਨੈਚੁਰਲ ਐਕਟਿੰਗ ਕਰਦੇ ਹੋ, ਹੈ ਨਾ, ਤੋ ਇਹਦਾ ਕੀ ਰਾਜ਼ ਆ ਵੀ ਸਕਰੀਨ ਦੇ ਉੱਪਰ ਵੀ ਇੰਨੇ ਨੈਚੁਰਲ ਰਹਿਣਾ, ਇੰਨੇ ਸਿੰਪਲ ਔਰ ਸਟੀਕ ਢੰਗ ਨਾਲ ਗੱਲ ਕਹਿ ਜਾਣੀ ਕਿ ਲੱਗਣਾ ਹੀ ਨਹੀਂ ਕਿ ਬਈ ਬੰਦਾ ਐਕਟ ਕਰ ਰਿਹਾ? ਸੋ ਇਹਦਾ ਕੀ ਰਾਜ਼ ਆ ਭਾਅ ਜੀ, ਇਹ ਦੱਸੋ। ਅਮਨ ਯਾਰ, ਇਹਦਾ ਰਾਜ਼ ਤਾਂ ਮੈਨੂੰ ਵੀ ਨਹੀਂ ਪਤਾ। ਅੱਛਾ ਜੀ। ਐਕਚੁਅਲੀ ਜਿੱਥੋਂ ਤੱਕ ਮੇਰੀ ਸੋਚ ਕੰਮ ਕਰਦੀ ਹੈ, ਮੈਨੂੰ ਇਹ ਲੱਗਦਾ ਕਿ ਕਿਹੜਾ ਬਚਪਨ ਦਾ ਸੀ, ਤੇ ਬਚਪਨ ਤੋਂ ਹੀ ਆਪਾਂ ਮਤਲਬ ਇਹ ਡਰਾਮੇ ਕਰਦੇ ਰਹੇ ਹਾਂ। ਸਹੀ ਹੈ ਜੀ। ਤੇ ਉਹ ਕਿਤੇ ਉੱਥੇ ਕੈਰੀ ਹੋ ਗਿਆ ਉਵੇਂ। ਅੱਛਾ ਜੀ, ਠੀਕ ਹੈ ਕਿ ਨਹੀਂ? ਬਾਕੀ ਥੋੜਾ ਬਹੁਤ ਸਟੈਂਸਲ ਵਿਸਕੀ ਨੂੰ ਪੜਿਆ। ਖਾਸ ਤਿਆਰੀ ਵੀ ਹੁੰਦੀ ਹੈ ਕਿ ਬਈ ਮੈਂ ਥੋੜਾ ਬਹੁਤ ਸਟੈਂਸਲ ਵਿਸਕੀ ਨੂੰ ਪੜਿਆ। ਅੱਛਾ ਜੀ। ਉਹਦੇ ਕਾਰਨ ਥੋੜਾ ਬਹੁਤ ਕਿਤੇ ਮੈਥਡ ਐਕਟਿੰਗ ਤੇ ਨੈਚੁਰਲ ਐਕਟਿੰਗ ਦਾ ਜਿਹੜਾ ਉਹ ਹੈਗਾਗਾ, ਉਹ ਕਿਤੇ ਨਾ ਕਿਤੇ ਥੋੜਾ ਬਹੁਤ ਗ੍ਰੈਸਪ ਕਰਨ ਦੀ ਕੋਸ਼ਿਸ਼ ਕੀਤੀ ਆ। ਸਹੀ ਹੈ ਜੀ। ਉਹਦੇ ਕਰਕੇ ਥੋੜਾ ਬਹੁਤ ਕਿਤੇ ਆ ਜਾਂਦਾ ਨਾ, ਵੈਸੇ ਨੈਚੁਰਲ ਹੀ ਆ, ਕਿਉਂਕਿ ਨਹੀਂ ਤੁਹਾਡਾ ਬਹੁਤ ਨੈਚੁਰਲ ਆਉਂਦਾ ਭਾਅ ਜੀ। ਮੈਂ ਉਹੀ ਕਹਿ ਰਿਹਾ ਕਿ ਤੁਸੀਂ ਇੰਨਾ ਨੈਚੁਰਲ ਕਰਦੇ ਕਿੱਦਾਂ? ਹੋ ਜਾਂਦਾ, ਕਰਦਾ ਨਹੀਂ ਮੈਂ, ਹੋ ਜਾਂਦਾ। ਹੋ ਜਾਂਦਾ ਜੀ। ਔਰ ਐਕਟਰ ਲਈ ਬਹੁਤ ਜ਼ਰੂਰੀ ਵੀ ਹੈ ਨਾ, ਕਿਉਂਕਿ ਆਡੀਅੰਸ ਨੂੰ ਕਨੈਕਸ਼ਨ ਫੀਲ ਹੋਣਾ ਚਾਹੀਦਾ ਬੰਦੇ ਦਾ ਕਿ ਇਹ ਉਹੀ ਬੰਦਾ ਜੋ ਕਰ ਰਿਹਾ, ਹੈ ਨਾ, ਸਿੰਪਲ। ਜੀ ਜੀ ਜੀ। ਅੱਛਾ ਭਾਅ ਜੀ, ਤੁਸੀਂ ਸੌਂਗਸ ਦੇ ਵਿੱਚ ਵੀ ਕਾਫੀ ਨੈਗੇਟਿਵ ਪਲੇ ਕੀਤਾ ਹੋਇਆ, ਔਰ ਦੈਨ ਮੂਵੀਜ਼ ਦੇ ਵਿੱਚ ਵੀ ਉਹ ਕੰਮ ਚੱਲ ਸੋ ਚੱਲ ਰਿਹਾ, ਹੈ ਨਾ, ਨੈਗੇਟਿਵ ਸ਼ੇਡ ਵਾਲਾ। ਸੋ ਇਹ ਸੋਚਿਆ ਹੋਇਆ ਵੀ ਨੈਗੇਟਿਵ ਹੀ ਕਰਨਾ ਜਾਂ ਆਫਰ ਹੀ ਹੋ ਜਾਂਦੇ ਨੇ? ਯਾਰ ਮੈਨੂੰ ਦਿੰਦਾ ਹੀ ਨਹੀਂ ਕੋਈ ਹੋਰ, ਮੈਨੂੰ ਦਿੰਦੇ ਹੀ ਨੈਗੇਟਿਵ ਨੇ ਲੋਕ। ਥੋੜੇ ਦਿਨ ਹੋ ਗਏ ਮੇਰੇ ਨਾਲ ਗੁੱਡੂ ਭਾਅ ਜੀ ਨਾਲ ਵੀ ਆਹੀ ਗੱਲ ਹੋ ਰਹੀ ਸੀ। ਗੁੱਡੂ ਤੁਹਾਨੂੰ ਆ ਜੀ, ਉਹ ਵੀ ਮੈਨੂੰ ਕਹਿ ਰਹੇ ਸੀ, ਕਹਿੰਦੇ ਯਾਰ ਤੈਨੂੰ ਸਾਰੇ ਨੈਗੇਟਿਵ ਹੀ ਦਿੰਦੇ ਆ, ਕਹਿੰਦੇ ਮੈਂ ਕੁਛ ਤੈਨੂੰ ਨਾ ਡਿਫਰੈਂਟ ਕਰਨ, ਮਤਲਬ ਡਿਫਰੈਂਟ ਕਿਸੇ ਕੈਰੈਕਟਰ ਦੇ ਵਿੱਚ ਸੋਚ ਕੇ, ਮਤਲਬ ਕੁਛ ਸੋਚ ਰਿਹਾ ਇੱਦਾਂ ਦਾ ਕੁਛ ਕੀਤਾ ਜਾਵੇ ਵੀ ਹਰੇਕ ਜਿਹੜਾ ਕੋਈ ਅਗਰ ਯਾਦ ਗਰੇਵਾਲ ਨੂੰ ਕਾਸਟ ਕਰਨਾ ਤਾਂ ਨੈਗੇਟਿਵ। ਹਾਂ, ਉਹ ਕਹਿੰਦੇ ਕੁਛ ਡਿਫਰੈਂਟ ਕੀਤਾ ਜਾਵੇ, ਜ਼ਰੂਰੀ ਨਹੀਂ ਹੈ ਕਿ ਮਤਲਬ ਤੂੰ ਨੈਗੇਟਿਵ ਹੀ ਹੈ। ਤੁਹਾਨੂੰ ਵੀ ਲੱਗਦਾ ਕਿ ਬਈ ਮੈਂ ਕੁਝ ਹੋਰ ਕਰਨਾ ਪੈਣਾ ਹੁਣ ਮੈਨੂੰ? ਹਾਂ, ਓਬਵੀਅਸਲੀ, ਹੈ ਨਾ, ਓਬਵੀਅਸਲੀ, ਕਿਉਂਕਿ ਕਦੋਂ ਤੱਕ ਆਪਾਂ ਯਾਰ ਰੇਡੀਆਂ ਵਿੱਚ ਜਾਵਾਂਗੇ, ਟਰੋਫੀਆਂ ਵੀ ਵੇਚਣੀਆਂ ਪੈਣਗੀਆਂ। ਬਿਲਕੁਲ, ਕਿਉਂਕਿ ਹਮੇਸ਼ਾ ਨਾ ਗੱਲ ਹੀ ਹੁੰਦੀ ਕਿ ਜਦੋਂ ਕਹਿੰਦੇ ਯਾਦਗਾਰ ਵੱਲੋਂ ਜਾਣਦੇ ਹੋ ਜਿਹੜਾ ਵਿਲਨ ਆਉਂਦਾ ਹੁੰਦਾ, ਸੋ ਇੱਕ ਉਹ ਇਮੇਜ ਬਣ ਚੁੱਕੀ ਹੋਈ ਕਿ ਬਈ, ਔਰ ਉਹ ਵੀ ਬੜੀ ਸਟਰੋਂਗ ਇਮੇਜ ਬਣੀ ਹੋਈ ਤੁਹਾਡੀ। ਜੀ ਜੀ। ਅਗਰ ਵਿਲਨ ਦੀ ਗੱਲ ਕਰੀਏ ਤਾਂ ਕੋਈ ਦੂਜਾ ਨਾਮ ਸਾਹਮਣੇ ਨਹੀਂ ਆਉਂਦਾ ਸੋਚਣ ਦੇ ਵਿੱਚ ਕਿ ਬਈ ਹੋਰ ਕੌਣ ਕਰ ਸਕਦਾ। ਬਾਕੀ ਅਮਨ ਮੈਂ ਤੁਹਾਨੂੰ ਦੱਸਦਾ, ਅੱਜ ਦਾ ਜਿਹੜਾ ਸਿਨੇਮਾ ਹੈ ਨਾ, ਉਹਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਹੀਰੋ ਜਾਂ ਮਤਲਬ ਕਿ ਵਿਲਨ ਦਾ ਕੋਈ ਗੱਲਬਾਤ ਰਹਿ ਗਈ ਆ। ਜ਼ਮਾਨਾ ਆ ਗਿਆ ਐਕਟਿੰਗ ਦਾ, ਐਕਟਰਸ ਦਾ। ਸਹੀ ਹੈ ਜੀ। ਠੀਕ ਹੈ ਕਿ ਨਹੀਂ, ਕੌਣ ਵਧੀਆ ਐਕਟਰ ਹੈ? ਬਿਲਕੁਲ, ਹੈ ਨਾ, ਬਿਲਕੁਲ। ਤੇ ਉਹ ਮੈਟਰ ਨਹੀਂ ਕਰਦਾ ਵੀ ਵਿਲਨ ਹੈ ਜਾਂ ਹੀਰੋ ਹੈ ਜਾਂ ਕਾਮੇਡੀਅਨ ਆ, ਕੀ ਹੈ, ਮਤਲਬ ਆਈ ਡੋਂਟ ਥਿੰਕ ਸੋ। ਬਿਲਕੁਲ ਭਾਈ, ਉਹੀ ਮੈਂ ਗੱਲ ਕਰਨਾ ਚਾਹ ਰਿਹਾ ਸੀ ਕਿ ਅੱਜ ਕੱਲ੍ਹ ਆਡੀਅੰਸ ਕੰਟੈਂਟ ਬੇਸਡ ਫਿਲਮਾਂ ਨੂੰ ਬੜਾ, ਹੈ ਨਾ, ਸਵਾਗਤ ਕਰ ਰਹੀ ਮੂਵੀ ਇਹੋ ਜਿਹੀ ਆ। ਬਿਲਕੁਲ। ਸੋ ਤੁਸੀਂ ਕੀ ਸੋਚਦੇ ਹੋ ਕਿ ਬਈ ਹੁਣ ਕਿਸ ਤਰੀਕੇ ਦਾ ਸਿਨੇਮਾ ਹੋਣਾ ਚਾਹੀਦਾ ਜਾਂ ਕਿੱਦਾਂ ਸਹੀ ਦਿਸ਼ਾ ਚੱਲ ਰਹੀ? ਹਾਂ ਯਾਰ, ਬਿਲਕੁਲ ਹੋਣਾ ਚਾਹੀਦਾ, ਕੰਟੈਂਟ ਬੇਸਡ ਤਾਂ ਹੋਣਾ ਚਾਹੀਦਾ, ਬਹੁਤ ਹੋ ਗਈ ਹਾਂ ਹਾਂ ਹੀ। ਜੀ ਜੀ, ਹਾਂ ਹੀ ਵੀ ਹੋਣੀ ਚਾਹੀਦੀ ਹੈ। ਬਿਲਕੁਲ, ਬਟ ਨਾਲ ਆਪਾਂ ਨੂੰ ਥੋੜ੍ਹਾ ਕੰਟੈਂਟ ਬੇਸ, ਥੋੜ੍ਹਾ ਮਤਲਬ ਦਾ ਸਿਨੇਮਾ ਵੀ ਹੋਣਾ ਚਾਹੀਦਾ, ਮਤਲਬ ਲੋਕਾਂ ਨੂੰ ਆਪਾਂ ਦੱਸ ਸਕੀਏ ਕਿ ਸਮਾਜ ਸਾਡਾ ਕਿੱਥੇ ਜੇ ਖੜਾ। ਸਹੀ ਹੈ ਜੀ। ਠੀਕ ਹੈ ਨਾ, ਆਈਨਾ ਆਪਾਂ ਨੂੰ ਸਮਾਜ ਦਾ ਵੀ ਤਾਂ ਬਣਾਉਣਾ ਚਾਹੀਦਾ। ਜ਼ਰੂਰੀ ਥੋੜ੍ਹੀ ਹੈ ਕਿ ਵੀ ਪੰਜਾਬੀ ਹੈ ਜਿਹੜੇ ਹਾਹਾ ਹੀ ਹਾਹਾ ਹੀ ਕਰਨ ਵਾਲੀ। ਬਿਲਕੁਲ, ਸੀਰੀਅਸ ਟੋਪਿਕ ਵੀ ਹੋਣੇ ਚਾਹੀਦੇ ਆ, ਜਿਹੜੇ ਸਮਾਜ ਨੂੰ ਵੀ ਸੇਧ ਦੇਣ ਔਰ ਨਵੇਂ ਵੀ ਹੋਣ। ਐਗਜੈਕਟਲੀ। ਸੀ ਉਹ ਭਾਈ, ਤੁਹਾਡੀ ਪਰਸਨਲ ਚੋਇਸ ਕੀ ਹੈਗੀ ਅਗਰ ਕਰੈਕਟਰ ਦੀ ਗੱਲ ਕਰੀਏ ਤਾਂ? ਕਿਵੇਂ ਦਾ ਤੁਹਾਨੂੰ ਕਿਵੇਂ ਦਾ ਪਸੰਦ ਹੈ? ਜ਼ਿੰਦਗੀ ਨੇ ਮੈਨੂੰ ਮੌਕਾ ਦਿੱਤਾ ਤੇ ਮੈਂ ਫਿਲਮਾਂ ਬਣਾਵਾਂਗਾ ਜਿਵੇਂ JP ਦੱਤਾ ਸਾਹਿਬ ਬਣਾਉਂਦੇ ਸੀ ਫਿਲਮਾਂ, ਗੁਲਾਮੀ। ਹਾਂਜੀ। ਇੱਕ 1989 ਦੇ ਵਿੱਚ ਅਸੀਂ ਹਥਿਆਰ, ਸੰਜੇ ਦਾ, ਧਰਮਿੰਦਰ, ਹੈ ਨਾ, ਉਦਾਂ ਦੀਆਂ ਫਿਲਮਾਂ, ਜਾਂ ਫਿਰ ਆਪਾਂ ਟੈਕਨੀਕਲੀ ਅਗਰ ਗੱਲ ਕਰਦੇ ਫਿਰ ਜੇਮਸ ਬੌਂਡ। ਓ ਵਾਹ, ਕੀ ਬਾਤ ਹੈ ਜੀ, ਇਦਾਂ ਦੀਆਂ ਫਿਲਮਾਂ। ਸੋ ਮਤਲਬ ਤੁਸੀਂ ਥੋੜਾ ਜਿਹਾ ਕਨਸੈਪਟ ਨੂੰ ਹੋਰ ਤਰੀਕੇ ਨਾਲ ਸੋਚ ਰਹੇ ਹੋ, ਬਟ ਮੈਨੂੰ ਲੱਗਦਾ ਕਿ ਭਾਈ ਤੁਸੀਂ ਕਾਮੇਡੀ ਵੀ ਬੜਾ ਵਧੀਆ ਪਲੇ ਕਰ ਸਕਦੇ ਹੋ। ਹਾਂ, ਮੈਂ ਕਾਮੇਡੀ ਹੁਣੇ ਤੂਫਾਨ ਸਿੰਘ ਆਈ ਸੀ। ਹਾਂਜੀ। ਤੇ ਉਹਦੇ 'ਚ ਮੈਂ ਕਾਮੇਡੀ ਕੀਤੀ ਹੈ, ਤੁਸੀਂ ਸ਼ਾਇਦ ਨਹੀਂ ਦੇਖੀ ਹੋਣੀ, ਜੇ ਅਗਰ ਦੇਖੋਗੇ ਤਾਂ ਉਹ 'ਚ ਕਾਮੇਡੀ ਕੀਤੀ ਹੈ। ਸਹੀ। ਲੋਕਾਂ ਨੂੰ ਪਸੰਦ ਆਈ ਹੈ, ਇੱਕ ਡਿਫਰੈਂਟ ਜਿਹਾ ਅਵਤਾਰ, ਅਲੱਗ ਨਾ, ਅੱਛਾ ਲੱਗਿਆ। ਨੋਟੀ ਪੁਣਾ ਜਿਹਾ ਜੱਚੇਗਾ। ਬਿਲਕੁਲ ਬਿਲਕੁਲ ਬਿਲਕੁਲ,
ਉਹ ਤਾਂ ਹਿਸਟਰੀ ਕ੍ਰੀਏਟ ਕਰਕੇ ਗਈ ਮਿੱਟੀ ਤਾਂ। ਤੁਸੀਂ ਕਿਹਾ ਕਿ ਬਈ ਹਲੇ ਤੱਕ ਮੈਂ ਕੀਤਾ ਹੀ ਨਹੀਂ ਕੀਤਾ ਹਲੇ, ਮੈਂ ਕੁਛ ਵੀ ਨਹੀਂ ਕੀਤਾ ਹਲੇ। ਸੋ ਕਿੱਦਾਂ ਦਾ ਚਾਹ ਹੈਗੀ ਅੱਗੇ ਕਰਨ? ਬੜਾ ਕੁਛ ਹੈ ਯਾਰ, ਬੜੀ ਅੰਦਰ ਬਹੁਤ ਕੁਛ ਪਿਆ, ਅੰਦਰ ਜਵਾਲਾਮੁਖੀ ਹਲੇ ਅੰਦਰ ਬਰੂਦ ਭਰਿਆ ਪਿਆ ਹੈ ਨਾ ਹਲੇ, ਉਹ ਫਟੂਗਾ ਹਲੇ। ਸਹੀ ਹੈ ਜੀ, ਚਲੋ। ਸੋ ਭਾਜੀ ਬਠਿੰਡੇ ਤੋਂ ਬੰਬੇ ਤੱਕ ਦਾ ਸਫ਼ਰ ਕਿੰਨਾ ਸੁਹਾਣਾ, ਕਿੰਨਾ ਦੁੱਖਦਾਇਕ ਜਾਂ ਕਿੰਨਾ ਕੁ ਸਟਰਗਲਿੰਗ ਭਰਿਆ ਰਿਹਾ? ਨਹੀਂ ਨਹੀਂ ਨਹੀਂ, ਬੜਾ ਸੁਹਾਣਾ ਰਿਹਾ, ਬੜਾ ਸੁਹਾਣਾ। ਬਠਿੰਡਾ ਟੂ ਬੰਬੇ ਤਾਂ ਬਹੁਤ ਪਿਆਰਾ ਰਿਹਾ ਐਕਚੁਅਲੀ। ਅਮਨ ਮੇਰਾ ਕੀ ਹੈ ਕਿ ਮੈਂ ਨਾ ਤੁਹਾਨੂੰ ਮੈਂ ਇੱਕ ਹੋਰ ਝਟਕਾ ਦਿੰਦਾ ਕਿ ਮੈਂ BDS ਕਰਦਾ ਸੀ ਪੂਨਾ ਯੂਨੀਵਰਸਿਟੀ ਤੋਂ, ਆਇਆ ਬੈਚਲਰ ਆਫ ਡੈਂਟਲ ਸਰਜਰੀ। ਕੀ ਬਾਤ ਹੈ ਜੀ! ਮੈਂ ਇੰਟਰਨਸ਼ਿਪ ਨਹੀਂ ਕਰੀ ਪਰ ਪੇਪਰ ਪਾਸ ਕਰ ਲਈ 4 ਸਾਲ ਦੇ। ਅੱਛਾ ਜੀ, ਠੀਕ ਹੈ। ਅਤੇ ਮੈਂ ਫਿਰ ਉੱਥੇ ਉਸ ਦੌਰਾਨ ਮਹਾਰਾਸ਼ਟਰਾ ਚਲ ਗਏ, ਉਹ ਕੀੜਾ ਪਹਿਲਾਂ ਹੀ ਸੀਗਾ। ਅਤੇ ਫਿਰ ਉੱਥੋਂ ਅਸੀਂ ਮਤਲਬ ਥੋੜ੍ਹੀ ਬਹੁਤ ਰੈਮ ਮਾਡਲਿੰਗ, ਛੋਟੇ ਮੋਟੇ ਸ਼ੋਅ ਇੱਦਾਂ ਦੇ ਕਰਨੇ ਸ਼ੁਰੂ ਕਰਤੇ ਸੀ ਬੰਬੇ ਸਟੱਡੀ ਦੇ ਦੌਰਾਨ ਹੀ। ਸੋ ਇਸ ਕਰਕੇ ਪਿੱਛੋਂ ਸਪੋਰਟ ਸੀਗੀ, ਘਰੋਂ ਸੀਗੀ ਸਪੋਰਟ, ਹੈ ਨਾ, ਕੋਈ ਐਡੀ ਗੱਲ ਨਹੀਂ ਸੀ। ਅਤੇ ਕੁਛ ਪਤਾ ਜੇ ਨਹੀਂ ਲੱਗਿਆ ਐਡਾ। ਸੋ ਮਤਲਬ ਤੁਸੀਂ ਉਹਦੇ ਸੋਚ ਲਿਆ ਸੀ ਕਿ ਵੀ ਮੈਂ ਐਕਟਿੰਗ 'ਚ ਜਾਣਾ? ਹਾਂ, ਇਹ ਤਾਂ ਮੇਰੀ ਪਹਿਲਾਂ ਘਰਦਿਆਂ ਨਾਲ ਗੱਲ ਹੋ ਗਈ ਸੀ। ਮੇਰੇ ਈਵਨ ਮੇਰੇ ਫਾਦਰ ਸਾਹਿਬ, ਉਹਨਾਂ ਦੇ ਸੀਗਾ ਕਿ ਨਹੀਂ ਯਾਰ ਤੂੰ ਡਾਕਟਰ ਬਣ ਜਾ, ਇੰਜੀਨੀਅਰ ਬਣ, ਹੈ ਨਾ। ਅੱਛਾ ਜੀ। ਮੈਂ ਉਹਨੂੰ ਕਿਹਾ ਸੀ ਕਿ ਨਹੀਂ ਮੈਂ ਤਾਂ ਫਿਲਮ ਲਾਈਨ ਜਾਣਾ, ਆਪਾਂ ਤਾਂ ਐਕਟਰ ਬਣਨਾ। ਕਿਆ ਬਾਤ ਹੈ! ਅਤੇ ਕਾਫੀ ਕਲੈਸ਼ਸ ਵੀ ਹੁੰਦੇ ਰਹੇ। ਫਿਰ ਉਹਨਾਂ ਨੇ ਮੈਨੂੰ ਇੱਕ ਗੱਲ ਆਖੀ, ਕਹਿੰਦੇ ਤੂੰ ਕਰ ਲਈ ਐਕਟਿੰਗ, ਕਰਨੀ ਕਰ ਲਾ, ਬਟ ਇੱਕ ਪ੍ਰੋਫੈਸ਼ਨਲ ਡਿਗਰੀ ਬੰਦੇ ਕੋਲ ਹੋਵੇ ਨਾ ਤਾਂ ਉਹ ਜ਼ਿਆਦਾ ਵਧੀਆ ਰਹਿੰਦੇ ਆ, ਕਿ ਸੋਸ਼ਲ ਸਟੇਟਸ ਬਣਿਆ ਰਹਿੰਦਾ ਤੁਹਾਡਾ। ਹਾਂਜੀ, ਬਿਲਕੁਲ, ਹੈ ਨਾ। ਇਸ ਕਰਕੇ ਤੂੰ ਇੱਕ ਪ੍ਰੋਫੈਸ਼ਨਲ ਡਿਗਰੀ ਲੈ ਲਾ। ਅੱਛਾ ਜੀ। ਅਤੇ ਬਟ ਮੈਂ ਇੰਨਾ ਕੈਪੇਬਲ ਤਾਂ ਇਹ ਨਹੀਂ ਸੀਗਾ ਕਿ ਮੈਂ ਕੋਈ PMT ਜਾਂ ਜਿਹੜੇ ਇੰਜੀਨੀਅਰਿੰਗ ਦੇ ਹੁੰਦੇ ਐਗਜ਼ਾਮਸ ਮੈਂ ਕਲੀਅਰ ਕਰ ਲਾਂ। ਜੀ ਜੀ। ਸੋ ਮੈਂ ਕਲੀਅਰ ਤਾਂ ਨਹੀਂ ਕੀਤੇ, ਬਟ ਮਾਈ ਫਾਦਰ ਬੋਟ ਅ ਸੀਟ ਫੋਰ ਮੀ BDS ਦੀ। ਤਾਂ ਉਹਨਾਂ ਨੇ ਡੋਨੇਸ਼ਨ ਦੇ ਕੇ ਇੱਕ ਸੀਟ ਮੈਨੂੰ ਖਰੀਦ ਕੇ ਦੇ ਤੀ, ਅਤੇ ਆਪਾਂ ਉੱਥੇ 5-6 ਸਾਲਾਂ 'ਚ ਨਕਲ ਨੁਕਲ ਮਾਰ ਕੇ BDS ਪਾਸ ਕਰ ਲਈ। ਬੜਾ ਸੱਚਾ ਜਵਾਬ ਹੈ ਭਾਜੀ। ਹਾਂ, ਫਿਰ ਸੱਚ ਹੈ ਨਾ ਜੀ, ਬਿਲਕੁਲ। ਅਤੇ ਆਪਾਂ ਬਸ ਪਾਸ ਪੂਸ ਕਰਕੇ, ਅਤੇ ਅੱਛਾ ਉਹਦੇ ਨਾਲ ਫਾਇਦਾ ਬੜਾ ਹੋਇਆ, ਉਹਦੇ ਨਾਲ ਐਕਸਪੋਜ਼ਰ ਬਹੁਤ ਮਿਲਿਆ। ਅੱਛਾ ਜੀ। ਹਾਂ, ਉਸ ਚੀਜ਼ ਦਾ ਸਿਨੇਮੇ ਨੂੰ ਬੜਾ ਫਾਇਦਾ ਮਿਲਿਆ, ਮਤਲਬ ਮੇਰੀ ਜਿਹੜੀ ਸਿਨੇਮੈਟਿਕ ਲਾਈਫ ਹੈ। ਹਾਂ, ਬਿਲਕੁਲ, ਉਹਨੂੰ ਬੜਾ ਫਾਇਦਾ ਮਿਲਿਆ ਕਿਉਂਕਿ ਮੇਰਾ ਐਕਸਪੋਜ਼ਰ ਬਹੁਤ ਹੋਇਆ ਉਹਦੇ ਨਾਲ, ਕਾਫੀ ਐਕਸਪੋਜ਼ ਹੋਇਆ ਮੈਂ ਉੱਥੇ। ਸਹੀ। ਸੋ ਭਾਈ ਤੁਸੀਂ ਬੰਬੇ ਵੀ ਕੰਮ ਕਰ ਚੁੱਕੇ ਹੋ ਕਾਫੀ, ਹੈ ਨਾ, ਪੰਜਾਬੀ ਫਿਲਮਾਂ 'ਚ ਵੀ ਬਹੁਤ ਸਾਰਾ ਕੰਮ ਕੀਤਾ। ਕਾਫੀ ਤਾਂ ਨਹੀਂ, ਮਤਲਬ ਬੰਬੇ ਠੀਕ ਕੰਮ ਕੀਤਾ ਥੋੜ੍ਹਾ ਬਹੁਤ ਹਲੇ ਸ਼ੁਰੂ ਕੀਤਾ। ਫਿਰ ਵੀ ਚਲੋ ਤੁਹਾਡਾ ਕਾਫੀ ਆਉਣ ਵਾਲਾ ਵੀ ਪਿਆ ਹਲੇ ਅੱਗੇ ਜਿਹੜਾ ਤੁਸੀਂ ਕਰ ਰਹੇ ਹੋ ਨਾ। ਜੀ ਜੀ ਜੀ। ਸੋ ਮੇਜਰ ਡਿਫਰੈਂਸ ਕੀ ਫੀਲ ਕਰਦੇ ਹੋ ਪੰਜਾਬੀ ਇੰਡਸਟਰੀ ਦੇ ਵਿੱਚ ਜਾਂ ਬੰਬੇ ਦੇ ਜਿਹੜਾ ਕੰਮ ਕਰਨ ਦੇ ਤਰੀਕੇ ਦੇ ਵਿੱਚ, ਕੀ ਫਰਕ ਹੈਗਾ ਜ਼ਿਆਦਾ? ਨਹੀਂ ਨਹੀਂ, ਫਰਕ ਕੋਈ ਨਹੀਂ ਹੈ ਅੱਜ ਕੱਲ੍ਹ, ਮਤਲਬ ਟੈਕਨੀਕਲੀ ਤਾਂ ਕੋਈ ਫਰਕ ਨਹੀਂ ਹੈ। ਸਹੀ ਹੈ, ਉਹੀ ਹੈ, ਇੱਕੋ ਹੀ ਗੱਲਬਾਤ ਆ। ਫਰਕ ਸਿਰਫ ਇਹ ਰਹਿ ਗਿਆ ਕਿ ਪੰਜਾਬੀ ਇੰਡਸਟਰੀ ਹਲੇ ਨਵੀਂ ਇੰਡਸਟਰੀ ਹੈ। ਸਹੀ ਹੈ ਜੀ। ਡਿਵੈਲਪ ਹੋ ਰਹੀ ਹੈ, ਗਰੋ ਕਰ ਰਹੀ ਹੈ, ਉਹ ਪੁਰਾਣੀ ਆ, ਗਰੋ ਹੋ ਚੁੱਕੀ ਹੈ, ਡਿਵੈਲਪ ਹੋ ਚੁੱਕੀ ਹੈ, ਵੱਡੇ ਵੱਡੇ ਬਜਟ ਨੇ, ਸਾਡੀ ਟੈਰੀਟਰੀ ਛੋਟੀ ਹੈ, ਠੀਕ ਹੈ ਨਾ, ਅਸੀਂ ਹਲੇ ਗਰੋ ਕਰ ਰਹੇ ਹਾਂ, ਪੰਜਾਬੀ ਇੰਡਸਟਰੀ ਗਰੋ ਕਰ ਰਹੀ ਹੈ। ਅਤੇ ਫਰਕ ਕੁਛ ਨਹੀਂ, ਟੈਕਨੀਕਲੀ ਤਾਂ ਸੇਮ ਹੀ ਹੈ, ਹੁਣ ਜੋ ਮੇਕਿੰਗ ਦਾ ਉਹਨਾਂ ਦਾ ਸਿਸਟਮ ਆ, ਉਹੀ ਆਪਣਾ ਸਿਸਟਮ ਆ। ਭਾਜੀ ਵੈਸੇ ਅਗਰ ਗੱਲ ਕਰੀਏ ਤਾਂ ਬੰਬੇ ਦੇ ਵਿੱਚ ਵੀ ਸਾਰੇ ਪੰਜਾਬੀ ਆਰਟਿਸਟ ਨੇ ਬਹੁਤ ਸਾਰੇ, ਪੰਜਾਬੀ ਡੋਮੀਨੇਟ ਕਰਦੇ ਆ। ਬਿਲਕੁਲ, ਕਿਉਂਕਿ ਬੜੀ ਪ੍ਰੈਫਰੈਂਸ ਦਿੰਦੇ ਨੇ ਪੰਜਾਬੀ ਆਰਟਿਸਟਾਂ ਨੂੰ ਸਿੰਗਰ ਹੋਣ, ਚਾਹੇ ਇੰਡਸਟਰੀ ਹੈ ਪੰਜਾਬੀਆਂ ਦੀ। ਹਾਂ, ਪੰਜਾਬੀ ਆਪਣੇ ਜਿੰਨੇ ਵੀ ਤੁਸੀਂ ਸਕਸੈਸਫੁਲ ਐਕਟਰ ਡਾਇਰੈਕਟਰਸ ਜਿੰਨੇ ਵੀ ਤੁਸੀਂ ਦੇਖੋਗੇ ਜਾਂ ਪ੍ਰੋਡਿਊਸਰਸ, ਪੰਜਾਬੀ ਰਹੇ ਸਾਰੇ, ਪੰਜਾਬੀ ਨੇ ਜਾਂ ਖਾਨ ਨੇ ਉੱਥੇ। ਔਰ ਭਾਈ ਅੱਜ ਕੱਲ੍ਹ ਫਿਲਮਾਂ ਦੇ ਵਿੱਚ ਨਾ ਫਿਟਨੈਸ ਦਾ ਬੜਾ ਚੱਲ ਰਿਹਾ, ਜ਼ੋਰ ਸ਼ੋਰ ਚੱਲ ਰਿਹਾ, ਹਰੇਕ ਨੇ ਐਪਸ ਕੱਢੇ ਹੋਏ ਨੇ, ਹਰੇਕ ਨੇ ਇੱਕਦਮ ਪੂਰੀ ਪਰਫੈਕਟ ਬੋਡੀ ਹੈ। ਸੋ ਤੁਸੀਂ ਕਿੰਨੇ ਕੁ ਫਿਟਨੈਸ ਫਰੀਕ ਹੋ ਭਾਜੀ? ਇਹ ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਇਹ ਬਹੁਤ ਵਧੀਆ ਚੀਜ਼ ਹੈ, ਕਿਉਂਕਿ ਨਾ ਯੂਥ ਹੈ ਜਿਹੜਾ ਸਿਨੇਮੇ ਨੂੰ ਬੜਾ ਫੋਲੋ ਕਰਦਾ। ਜੀ ਜੀ। ਅਤੇ ਇਹ ਬਹੁਤ ਅੱਛੀ ਗੱਲ ਹੈ, ਕਿਉਂਕਿ ਸਪੈਸ਼ਲੀ ਪੰਜਾਬ ਤਾਂ ਵੈਸੇ ਨਸ਼ਿਆਂ 'ਚ ਬਹੁਤ ਬਦਨਾਮ ਹੋਇਆ ਪਿਆ ਕਿ ਪੰਜਾਬੀ, ਪੰਜਾਬ ਦੇ ਲੋਕ ਜੱਟਾਂ ਦੇ ਮੁੰਡੇ ਨਸ਼ੇ ਬਹੁਤ ਕਰਦੇ, ਇਹ ਕਰਦੇ, ਉਹ ਕਰਦੇ, ਬਟ ਇਹ ਨਹੀਂ ਕੋਈ ਕਹਿੰਦਾ ਕਿ ਪੰਜਾਬ ਦੇ ਵਿੱਚ ਫਿਟਨੈਸ ਫਰੀਕ ਵੀ ਬਹੁਤ ਨੇ। ਬਿਲਕੁਲ, ਸਭ ਤੋਂ ਜ਼ਿਆਦਾ ਫਿਟ ਮੁੰਡੇ ਹੀ ਪੰਜਾਬ ਦੇ ਨੇ। ਬਿਲਕੁਲ, ਮਹੱਲੇ ਮਹੱਲੇ 'ਚ ਜਿੰਮਾਂ ਵੀ ਨੇ, ਮਹੱਲੇ ਮਹੱਲੇ ਜਿੰਮਾਂ ਨੇ, ਹੈ ਨਾ, ਇਹ ਗੱਲ ਕੋਈ ਨਹੀਂ ਕਰਦਾ। ਬਿਲਕੁਲ, ਠੀਕ ਹੈ, ਅਤੇ ਬਦਨਾਮ ਜ਼ਰੂਰ ਕਰਦੇ ਆ, ਬਟ ਫਿਟਨੈਸ ਫਰੀਕ ਮੈਂ ਤੁਸੀਂ ਕਿੰਨਾ ਕੁ ਟਾਈਮ ਵੈਸੇ ਬੋਡੀ ਦੇਖ ਕੇ ਦੇਖਦਾ ਹੈ, ਪਰ ਫਿਰ ਵੀ ਕਿੰਨਾ ਕੁ ਟਾਈਮ ਕੱਢਦੇ ਹੋ ਆਪਣੇ ਲਈ? ਯਾਰ ਮੈਂ ਕੋਸ਼ਿਸ਼ ਕਰਦਾ ਕਿ ਜਿੰਨੀ ਕੁ ਵੱਧ ਤੋਂ ਵੱਧ ਮੈਂ ਟਾਈਮ ਦੇ ਸਕਾਂ। ਜੀ ਜੀ। ਬਾਕੀ ਫਿਟਨੈਸ ਵਾਸਤੇ ਤਾਂ ਰੈਗੂਲੈਰਿਟੀ ਚਾਹੀਦੀ ਹੁੰਦੀ ਹੈ। ਜੀ ਜੀ। ਅਤੇ ਬਾਕੀ ਆਪਣੀ ਲਾਈਨ ਇੱਦਾਂ ਦੀ ਹੈ ਕਿ ਰੈਗੂਲੈਰਿਟੀ ਬਹੁਤ ਘੱਟ ਮਿਲਦੀ ਹੈ, ਕੋਈ ਕੰਮ ਇਹੋ ਜਿਹਾ, ਹੈ ਨਾ, ਆਪਾਂ ਉਹ ਸਵੇਰੇ ਸ਼ੂਟ 'ਤੇ ਅੰਦਰ ਬਾਹਰ ਵੀ ਜਾਣਾ ਪੈਂਦਾ, ਐਗਜ਼ੌਸਟ ਹੋ ਜਾਂਦਾ ਬੰਦਾ, ਉਦੋਂ ਨਹੀਂ ਹੋ ਪਾਉਂਦਾ, ਬਟ ਮੈਂ ਕੋਸ਼ਿਸ਼ ਕਰਦਾ ਮੈਕਸੀਮਮ ਕਿ ਆਪਾਂ ਨੂੰ ਇਹ ਟਾਈਮ ਦਿੱਤਾ ਜਾਵੇ, ਜਿਮ ਦੇ ਵਿੱਚ ਟਾਈਮ ਦਿੱਤਾ ਜਾਵੇ ਜਾਂ ਜਿਵੇਂ ਵੀ ਇਹਨੂੰ ਫਿੱਟ ਕੀਤਾ ਜਾਵੇ। ਬਿਲਕੁਲ ਯਾਰ ਭਾਜੀ, ਇਹ ਤਾਂ ਗੱਲ ਰਹੀ ਫਿਟਨੈਸ ਦੀ, ਹੁਣ ਅੱਜ ਕੱਲ੍ਹ ਇੱਕ ਨਵਾਂ ਇਹਨੂੰ ਚੇਂਜ ਆ ਰਿਹਾ ਇੰਡਸਟਰੀ ਦੇ ਵਿੱਚ ਕਿ ਲੋਕ ਫਿਲਮਾਂ ਆਪਣੀ ਵੱਖਰੀ ਸਿਹਤ ਵੱਲ ਤੁਰ ਪਈਆਂ ਨੇ। ਪਹਿਲਾਂ ਸੀਗਾ ਕਿ ਬਈ ਸਿਰਫ ਕਾਮੇਡੀ ਕਰੀ ਚੱਲੋ ਜਾਂ ਇਕੱਲਾ ਕਿ ਸੀਰੀਅਸ ਦਿਖਾਓ, ਹੁਣ ਕੁਛ ਕੰਟੈਂਟ ਬੇਸ ਫਿਲਮਾਂ ਵੀ ਆ ਰਹੀਆਂ ਨੇ, ਕੁਛ ਬੜੇ ਕਰੈਕਟਰ ਬੇਸ ਫਿਲਮਾਂ ਆ ਰਹੀਆਂ ਨੇ। ਸੋ ਤੁਹਾਨੂੰ ਲੱਗਦਾ ਕਿ ਬਈ ਚੰਗੇ ਲਈ ਹੋ ਰਿਹਾ ਸਭ ਕੁਛ? ਹਾਂ ਹਾਂ, ਐਕਟਰਸ ਨੂੰ ਕਾਫੀ ਬੈਨੀਫਿਟ ਹੋ ਰਿਹਾ। ਬਿਲਕੁਲ ਬਿਲਕੁਲ, ਗਰੋ ਕਰ ਰਹੇ ਹਨ ਨਾ,
ਬੜੇ ਸਾਰੇ ਪੰਜਾਬੀ ਡਾਇਲੋਗ ਵੀ ਨੇ ਜਿਹੜੇ ਆਪਾਂ ਨੂੰ ਮਤਲਬ ਆਫੀਸ਼ੀਅਲੀ ਨਹੀਂ ਦੱਸਦੇ ਬਟ ਉਹ ਪੰਜਾਬੀ ਫਿਲਮਾਂ ਨੂੰ ਚੱਕ ਕੇ ਉਹਨਾਂ ਨੇ ਬਾਲੀਵੁੱਡ ਚੇਪਤੇ ਹੋਏ ਨੇ ਚੇਪਤੇ ਹੋਏ ਹੈ ਗਾਣੇ ਹੋ ਗਏ ਗਾਣੇ ਡਾਇਲੋਗਸ ਹੋ ਗਏ ਚੇਪਦੇ ਹਨ ਗਾਣੇ ਤਾਂ ਤਕਰੀਬਨ ਜਿੰਨੇ ਹਿੱਟ ਹੈਗੇ ਬਾਕੀ ਸਾਡੀ ਬੇਬੇ ਦਾ ਹਿੱਟ ਹੋਏਗੀ ਨਾ ਪਹਿਲਾਂ ਕੌਣ ਇੰਡਸਟਰੀ ਦੇ ਵਿੱਚ ਬੇਬੇ ਕਹਿੰਦੇ ਅੱਜ ਦੀ ਡੇਟ ਦੇ ਵਿੱਚ ਜਿਹੜੀ ਫਿਲਮ ਦੇ ਵਿੱਚ ਮਾਂ ਦਾ ਰੋਲ ਕਰਦੇ ਆ ਉਹਨੂੰ ਇੱਕ ਦੋ ਡਾਇਲੋਗ ਤੁਹਾਨੂੰ ਬੇਬੇ ਦੇ ਸੁਣਨ ਨੂੰ ਮਿਲ ਜਾਓ ਬੇਬੇ ਜੇ ਉਹ ਹਨਾ ਹਿੰਦੀ ਸਿਨੇਮੇ ਦੇ ਵਿੱਚ ਵੀ ਔਰ ਅਗਰ ਕਦੀ ਇਦਾਂ ਦੀ ਵੀ ਫਿਲਮ ਹੋਵੇ ਕਿ ਬਈ ਜਦੋਂ ਪੂਰਾ ਇੰਡੀਆ ਦਿਖਾ ਰਹੇ ਹੋਣ ਤਾਂ ਪੰਜਾਬ ਦਾ ਇੱਕ ਅਹਿਮ ਰੋਲ ਹੁੰਦਾ ਜ਼ਰੂਰ ਦੇ ਵਿੱਚ ਐਗਜ਼ੈਕਟਲੀ ਹਾਂ ਬਿਲਕੁਲ ਚਾਹੇ ਅਸੀਂ ਹਾਈਵੇ ਦੀ ਗੱਲ ਕਰੀਏ ਜਾਂ ਹੋਰ ਮੂਵੀਜ਼ ਦੀ ਗੱਲ ਕਰੀਏ ਤਾਂ ਉਹ ਬੜਾ ਅਹਿਮ ਰੱਖਦੇ ਨੇ ਪੰਜਾਬ ਨੂੰ ਸੋ ਭਾਜੀ ਅਗਰ ਤੁਹਾਡੀ ਆਪਣੀ ਪਰਸਨਲ ਗੱਲ ਕਰੀਏ ਤਾਂ ਕੋਈ ਇਹੋ ਜਿਹੀ ਚੀਜ਼ ਜਿਹੜੀ ਆਜ਼ਾਦ ਗਰੇਵਾਲ ਨੂੰ ਆਪਣੇ ਬਾਰੇ ਨਹੀਂ ਪਸੰਦ ਜਾਂ ਉਹ ਚੇਂਜ ਕਰਨਾ ਚਾਹੁੰਦੇ ਨੇ ਉਹਨੂੰ ਯਾਰ ਹਾਲੇ ਤਾਂ ਮੈਂ ਆਪਦੇ ਆਪ ਨੂੰ ਸਟੱਡੀ ਕਰ ਰਿਹਾ ਹਾਲੇ ਤਾਂ ਮੈਂ ਆਪਦੇ ਆਪ ਨੂੰ ਲੱਭ ਹੀ ਰਿਹਾ ਹਾਲੇ ਮੈਨੂੰ ਇਹੋ ਜਿਹੀ ਚੀਜ਼ ਕੋਈ ਲੱਗੀ ਨਹੀਂ ਕਿ ਜਿਹੜੀ ਮੈਨੂੰ ਨਾ ਪਸੰਦ ਹੋਵੇ ਤੇ ਜਾਂ ਜਿਹੜੀ ਮੈਨੂੰ ਬਹੁਤ ਜ਼ਿਆਦਾ ਆਪਦੀ ਪਸੰਦ ਹੋਵੇ ਹਾਲੇ ਤਾਂ ਮੈਂ ਆਪਦੇ ਆਪ ਨੂੰ ਲੱਭ ਹੀ ਰਿਹਾ ਅੱਛਾ ਜੀ ਤੇ ਇਸ ਕਰਕੇ ਮੈਂ ਕਿਸੇ ਗੱਲ 'ਤੇ ਟਿੱਪਣੀ ਕਰ ਨਹੀਂ ਸਕਦਾ ਵੀ ਪੁਆਇੰਟ ਆਊਟ ਕਰ ਨਹੀਂ ਸਕਦਾ ਕਿ ਮੈਨੂੰ ਮੇਰੀ ਆਹ ਚੀਜ਼ ਪਸੰਦ ਨਹੀਂ ਸਹੀ ਹੈ ਜੀ ਹਾਂ ਇੱਕ ਚੀਜ਼ ਮੈਨੂੰ ਮੇਰੀ ਪਸੰਦ ਨਹੀਂ ਮੈਂ ਲੇਜ਼ੀ ਬੜਾ ਅੱਛਾ ਜੀ ਮੈਂ ਜਲਦੀ ਉੱਠ ਨਹੀਂ ਸਕਦਾ ਅੱਛਾ ਜੀ ਕਿੰਨੇ ਵਜੇ ਉੱਠਦੇ ਭਾਜੀ ਮੈਂ ਤਾਂ ਦਸਕਨ ਦੱਸਦੇ 12 1 2 ਵੀ ਵੱਜ ਜਾਂਦੇ ਆ ਅੱਛਾ ਜੀ ਹਾਂ ਮੈਂ ਐਕਚੁਅਲੀ ਮੈਂ ਸੌ ਨਹੀਂ ਸਕਦਾ ਜਲਦੀ ਰਾਤੀ ਲੇਟ ਦਾ ਹੀ ਕੰਮ ਕਰਦੇ ਹੋ ਭਾਜੀ ਨਹੀਂ ਕੰਮ ਨਹੀਂ ਕਰਦਾ ਮੈਨੂੰ ਨੀਂਦ ਆਉਂਦੀ ਨਹੀਂ ਅੱਛਾ ਆਈ ਡੋਨਟ ਗੈਟ ਸਲੀਪ ਈਜ਼ੀਲੀ ਅੱਛਾ ਜੀ ਤੇ ਮੇਰੀ ਪ੍ਰੋਬਲਮ ਇਹ ਹੈ ਮੈਨੂੰ ਰਾਤ ਨੂੰ ਨੀਂਦ ਨਹੀਂ ਛੇਤੀ ਆਉਂਦੀ ਤੇ ਫਿਰ ਸਵੇਰ ਉੱਠਿਆ ਵੀ ਨਹੀਂ ਜਲਦੀ ਆਈ ਐਮ ਨਾਟ ਅ ਮਾਰਨਿੰਗ ਗਾਈ ਠੀਕ ਹੈ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਇੱਕ ਦੇ ਕਹਿੰਦੇ ਨਹੀਂ ਭਾਜੀ ਕਦੇ ਅਮਰੀਕਾ ਦਾ ਟੂਰ ਲੱਗਾ ਹੋਵੇ ਤਾਂ ਮੁੜ ਕੇ ਨੀਂਦ ਸੈੱਟ ਵੀ ਉੱਦਾਂ ਪੈ ਗਿਆ ਨੀਂਦ ਦਾ ਨਹੀਂ ਇੱਦਾਂ ਹੀ ਤਾਂ ਕੋਈ ਗੱਲ ਨਹੀਂ ਬਟ ਇਹ ਹੈਗੀ ਪ੍ਰੋਬਲਮ ਯਾਰ ਬਿਲਕੁਲ ਭਾਜੀ ਬਟ ਮੈਨੂੰ ਲੱਗਦਾ ਨਹੀਂ ਕਿ ਤੁਸੀਂ ਵੀ ਲੇਟ ਉੱਠਦੇ ਹੋ ਕਿਉਂਕਿ ਜਿਸ ਤਰੀਕੇ ਨਾਲ ਤੁਸੀਂ ਆਪਣੇ ਨੂੰ ਮੇਨਟੇਨ ਕਰਕੇ ਰੱਖਿਆ ਮੈਨੂੰ ਤਾਂ ਲੱਗਦਾ ਤੁਸੀਂ 6 ਵਜੇ ਜਿਮ ਜਾਂਦੇ ਹੋਗੇ ਉੱਠ ਕੇ ਨਹੀਂ ਨਹੀਂ ਮੈਂ ਸ਼ਾਮ ਨੂੰ 6 ਵਜੇ ਜਾਂਦਾ ਸਹੀ ਹੈ ਚਲੋ ਇੱਕ ਗੱਲ ਹੈ ਸਵੇਰ ਸ਼ਾਮ ਦੀ ਫਰਕ ਨਹੀਂ ਦੋਸਤੋ ਆਯਾਦ ਗਰੇਵਾਲ ਜੀ ਦੇ ਨਾਲ ਗੱਲਾਂ ਹਾਲੇ ਚੱਲਦੀਆਂ ਰਹਿਣਗੀਆਂ ਮਿਲਦੇ ਹਾਂ ਇੱਕ ਨਿੱਕੇ ਜਿਹੇ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਵੈਲਕਮ ਬੈਕ ਜੀ ਸਭ ਦਾ ਪੀਟੀਸੀ ਸ਼ੋਕੇਸ ਦੇ ਵਿੱਚ ਅੱਜ ਗੱਲ ਕਰ ਰਹੇ ਆਯਾਦ ਗਰੇਵਾਲ ਜੀ ਦੇ ਨਾਲ ਅਤੇ ਹੁਣ ਸੋਹਣੇ ਵੇਲਾ ਹੋਇਆ ਥੋੜ੍ਹੀ ਜਿਹੀ ਮਸਤੀ ਥੋੜ੍ਹੇ ਜਿਹੇ ਫਨ ਦਾ ਸਵਾਦ ਲੈਂਦੇ ਥੋੜ੍ਹਾ ਜਿਹਾ ਆਯਾਦ ਭਾਅ ਜੀ ਦੇ ਨਾਲ ਸੋ ਭਾਜੀ ਹੁਣ ਮੈਂ ਤੁਹਾਨੂੰ ਕੁਝ ਡਾਇਲੋਗਸ ਦਵਾਂਗਾ ਜਿਹੜੇ ਜਾਂ ਤਾਂ ਹੋਣਗੇ ਗੁੱਗੂ ਗਿੱਲ ਜੀ ਦੇ ਜਾਂ ਹੋਣਗੇ ਯੋਗਰਾਜ ਜੀ ਦੇ ਓਕੇ ਔਰ ਤੁਸੀਂ ਆਪਣੇ ਸਟਾਈਲ 'ਚ ਵੀ ਬੋਲ ਸਕਦੇ ਹੋ ਫਨੀ ਵੀ ਕਰ ਸਕਦੇ ਹੋ ਠੀਕ ਹੈ ਜੀ ਉਹਨੂੰ ਔਰ ਉਹਨਾਂ ਦੇ ਸਟਾਈਲ 'ਚ ਵੀ ਬੋਲ ਸਕਦੇ ਹੋ ਸੋ ਤਿਆਰ ਹੋ ਭਾਜੀ ਲਓ ਜੀ ਸਵਾਦ ਆਏਗਾ ਜੀ ਸੋ ਭਾਜੀ ਪਹਿਲਾ ਡਾਇਲੋਗ ਹੈਗਾ ਜੇ ਕੁੱਤੇ ਕਪਾਹ ਦਾ ਖੇਤ ਟੱਪ ਜਾਣ ਤਾਂ ਰਜਾਈ ਨਹੀਂ ਭਰਾ ਲੈਂਦੇ ਓਏ ਜੇ ਕੁੱਤੇ ਕਪਾਹ ਦਾ ਖੇਤ ਟੱਪ ਜਾਣ ਤਾਂ ਰਜਾਈ ਨਹੀਂ ਭਰਾ ਲੈਂਦੇ ਸੋਹਣਿਆ ਕੀ ਬਾਤ ਭਾਈ ਬਹੁਤ ਸਵਾਲ ਹੈ ਮਤਲਬ ਮਾਂ ਦਿਆ ਮੱਖਣਾ ਅੱਛਾ ਇਹ ਕੰਪਲੀਮੈਂਟਰੀ ਚੀਜ਼ਾਂ ਸੀ ਨਾ ਲਾਲ ਹਾਂ ਬਿਲਕੁਲ ਬਿਲਕੁਲ ਮੱਖਣਾ ਕੀ ਬਾਤ ਹੈ ਭਾਈ ਹੁਣ ਆਪਾਂ ਭਾਈ ਦੂਸਰੇ ਵੱਲ ਚੱਲਦੇ ਹਾਂ ਜੀ ਇਹ ਹੁਣ ਹੈਗਾ ਜੀ ਯੋਗਰਾ ਸਿੰਘ ਜੀ ਦਾ ਮੈਂ ਆਪਣੇ ਫੈਸਲੇ ਆਪ ਕਰਦਾ ਉਹਦੇ ਵਿੱਚ ਨਾ ਕੋਈ ਕਚਹਿਰੀ ਅਤੇ ਨਾ ਕੋਈ ਠਾਣਾ ਮੈਂ ਆਪਣੇ ਫੈਸਲੇ ਆਪ ਕਰਦਾ ਹੋਏ ਉਹਦੇ ਵਿੱਚ ਨਾ ਕੋਈ ਕਚਹਿਰੀ ਅਤੇ ਨਾ ਕੋਈ ਠਾਣਾ ਓਹੇ ਕੀ ਬਾਤ ਹੈ ਜੀ ਭਾਅ ਜੀ ਬਹੁਤ ਬਹੁਤ ਘੈਂਟ ਵਾਲੇ ਵਾਲੇ ਜੀ ਅੱਛਾ ਭਾਅ ਜੀ ਇੰਟੈਂਸਿਟੀ ਉਹੀ ਆਉਂਦੀ ਹੈ ਸਵਾਦ ਆਉਂਦਾ ਦੇਖ ਕੇ ਬਈ ਹੁਣ ਮੈਨੂੰ ਸਮਝ ਲੱਗਦੀ ਕਿ ਡਾਇਰੈਕਟਰ ਤੁਹਾਨੂੰ ਵਿਹਲੇ ਨਹੀਂ ਕਿਉਂ ਰੱਖਦੇ ਹੈ ਨਾ ਅੱਛਾ ਇੱਕ ਭਾਅ ਜੀ ਆਪਾਂ ਲਾਸਟ ਵਾਲਾ ਇੱਕ ਹੋਰ ਹੈਗਾ ਥੋੜ੍ਹਾ ਟਵਿਸਟ ਕਰਦੇ ਹਾਂ ਇਹਦੇ ਵਿੱਚ ਇਹਨੂੰ ਅੱਗੇ ਆਪਾਂ ਵਿਲਨ ਵਾਂਗੂ ਨਹੀਂ ਬੋਲਣਾ ਓਕੇ ਥੋੜ੍ਹਾ ਆਪਾਂ ਤੁਸੀਂ ਕਹਿੰਦੇ ਕਿ ਬਈ ਮੈਂ ਬੜਾ ਬਰੂਦ ਖਿਲਾਰਨਾ ਹੈ ਕੁਛ ਹੋਰ ਚਾਹੇ ਕੋਮੇਡੀ ਚਾਹੇ ਕੁਛ ਵੀ ਆਪਾਂ ਕੁਛ ਇੰਪਰੋਵਾਈਜ਼ ਕਰਦੇ ਹਾਂ ਹਾਂ ਇੰਪਰੋਵਾਈਜ਼ ਕਰਦੇ ਹੈ ਕਿ ਛੋਟਾ ਜਿਹਾ ਹੈਗਾ ਭਾਅ ਜੀ ਹਾਲੇ ਤੱਕ ਮੈਨੂੰ ਇਹੋ ਜਿਹਾ ਜਵਾਨ ਨਹੀਂ ਮਿਲਿਆ ਜਿਹਦੇ ਨਾਲ ਲੜ ਕੇ ਮੈਨੂੰ ਸਾਹ ਚੜੇ ਅੱਛਾ ਹੁਣ ਇਹਨੂੰ ਤੁਸੀਂ ਦੇਖੋ ਜੀ ਲੜ ਕੇ ਸਾਹ ਭੱਜ ਕੇ ਸਾਹ ਚੜੇ ਭੱਜ ਕੇ ਕਰ ਲੈਨੇ ਭਾਈ ਥੋੜਾ ਜਿਹਾ ਆਪਣਾ ਵੀ ਕੰਪਰੋਮਾਈਜ਼ ਕਰ ਲਿਆ ਜਿਵੇਂ ਤੁਹਾਡਾ ਸਿਕੰਦਰ ਦੇ ਵਿੱਚ ਪੰਡਤ ਨਹੀਂ ਹੁੰਦਾ ਮੇਰੇ ਨਾਲ ਉਹਨੂੰ ਕਹਿੰਦਾ ਹਾਂ ਪੰਡਤਾ ਹਾਲੇ ਤੱਕ ਨਾ ਕੋਈ ਇਹੋ ਜਿਹਾ ਬੰਦਾ ਨਹੀਂ ਟਕਰਿਆ ਜਿਹਦੇ ਨਾਲ ਲੜ ਕੇ ਮੇਰੇ ਨਾਲ ਸਾਹ ਚੜ ਜੇ ਸਮਝ ਗਿਆ ਸਹੀ ਹੈ ਜੀ ਭਾਜੀ ਇੱਕ ਦੋ ਵਰਾਈਟੀਆਂ ਹੋਰ ਹੋ ਜਾਣੇ ਇਹਦੀ ਹਜੇ ਤੱਕ ਮੈਨੂੰ ਕੋਈ ਇਹੋ ਜਿਹਾ ਗੱਭਰੂ ਨਹੀਂ ਟਕਰਿਆ ਜਿਹਦੇ ਨਾਲ ਲੜ ਕੇ ਮੈਨੂੰ ਸਾਹ ਚੜ ਜਾਵੇ ਔਰ ਇੱਕ ਵਾਰੀ ਯੋਗਰਾਜ ਦੇ ਸਟਾਈਲ 'ਚ ਹੋ ਜਾਏ ਭਾਜੀ ਹੁਣ ਫਾਈਨਲੀ ਆਏ ਮੱਖਣਾ ਹਾਲੇ ਤੱਕ ਮੈਨੂੰ ਕੋਈ ਇਹੋ ਜਿਹਾ ਗੱਭਰੂ ਨਹੀਂ ਟਕਰਿਆ ਜਿਹਦੇ ਨਾਲ ਲੜ ਕੇ ਮੈਨੂੰ ਸਾਹ ਚੜ ਜਾਵੇ ਵਾਹ ਜੀ ਵਾਹ ਕਿਆ ਭਾਜੀ ਇਹ ਤਾਂ ਮੈਨੂੰ ਹੁਣ ਕਾਰਡ ਥੱਲੇ ਰੱਖ ਕੇ ਤਾੜੀ ਮਾਰਨੀ ਪਈ ਹੈ ਜੀ ਬਹੁਤ ਸੋਹਣਾ ਭਾਜੀ ਔਰ ਕਿਆ ਤੁਸੀਂ ਉਹ ਫੜਦੇ ਐਕਸੈਂਟ ਫੜਦੇ ਸਵਾਦ ਆ ਜਾਂਦਾ ਭਾਜੀ ਯੋਗ ਜੀ ਐਂ ਬੋਲ ਦਿੰਦੇ ਸੀ ਹਾਂ ਹਾਂ ਬਿਲਕੁਲ ਭਾਜੀ ਮੈਨੂੰ ਲੱਗਾ ਹੀ ਨਹੀਂ ਮੱਖਾ ਬੰਦ ਯੋਗ ਜੀ ਦਾ ਡਾਇਲੋਗ ਸਾਰਾ ਪੰਜਾਬ ਬੋਲਣ ਲੱਗ ਗਿਆ ਸੀਗਾ ਉਹ ਚੁਟਕਲੇ ਬਣ ਗਏ ਸੀ ਕਿ ਮੁੰਡਾ ਆਉਂਦਾ ਆ ਕੇ ਕਹਿੰਦਾ ਓ ਬੇਬੇ ਅੱਜ ਮੈਂ ਰੋਟੀ ਗੰਡਾਸੇ ਤੇ ਰੱਖ ਕੇ ਖਾਣੀ ਹੈ ਸਹੀ ਹੈ ਓ ਬੇਬੇ ਦੱਸ ਮੇਰੇ ਪਿਓ ਦਾ ਕਤਲ ਕਿਹਨੇ ਕੀਤਾ ਉਹ ਮੂਹਰੋਂ ਮਾਂ ਕਹਿੰਦੀ ਕਹਿੰਦੀ ਹਾਲ ਤੱਕ ਤਾਂ ਕਿਸੇ ਨੇ ਕੀਤਾ ਨਹੀਂ ਪਰ ਜਿਹੜੇ ਤੇਰੇ ਲੱਛਣ ਮੈਨੂੰ ਲੱਗਦਾ ਵੀ ਹੁਣ ਜ਼ਰੂਰ ਹੋਜੂ ਸਹੀ ਗੱਲ ਹੈ ਕਾਫੀ ਤਾਂ ਟ੍ਰੈਂਡ ਚੱਲ ਪਿਆ ਸੀ ਯਾਰ
ਬਿਲਕੁਲ ਆਈਕਨ ਕਰੈਕਟਰ ਨੇ ਜੀ ਹੋਰ ਬੱਚੇ ਬੱਚੇ ਡਾਇਲੌਗ ਬੋਲਦੇ ਹੁੰਦੇ ਜੋਗ ਜੀ ਦੇ ਗੁੱਗੂ ਜੀ ਦੇ ਸਹੀ ਹੈ ਜੀ ਹੈਨਾ ਉਹ ਮੈਨੂੰ ਲੱਗਦਾ ਤੁਸੀਂ ਵੀ ਕਾਫੀ ਨੇੜੇ ਦੇ ਫੋਲੋ ਕੀਤਾ ਹੋਇਆ ਉਹਨਾਂ ਨੂੰ ਯਾਰ ਮੈਂ ਬਹੁਤ ক্লোਜ਼ ਰਿਹਾ ਨਾ ਇਹਨਾਂ ਦੇ ਬਹੁਤ ਮੈਂ ਤਾਂ ਬਚਪਨ ਤੋਂ ਨਾਲ ਗੁੱਗੂ ਜੀ ਹੋਏ ਯੋਗ ਜੀ ਹੋਏ ਇਹਨਾਂ ਦੇ ਨਾਲ ਸ਼ੂਟਿੰਗ ਤੇ ਚੱਲ ਜਾਂਦਾ ਹੁੰਦਾ ਸੀ ਮੈਂ ਜੀ ਜੀ ਕਿਉਂਕਿ ਸਾਡੇ ਫੈਮਿਲੀ ਰਿਲੇਸ਼ਨ ਨੇ ਤਾਂ ਕਰਕੇ ਸਹੀ ਹੈ ਜੀ ਅੱਛਾ ਹੁਣ ਥੋੜਾ ਜਿਹਾ ਆਪਾਂ ਹੋਰ ਸਵਾਦ ਲੈਨੇ ਭਾਜੀ ਜੀ ਇਹ ਤਾਂ ਸੀ ਡਾਇਲੌਗ ਖੈਰ ਹਨਾ ਹੁਣ ਅਸੀਂ ਤੁਹਾਨੂੰ ਥੋੜੀਆਂ ਬੁਝਾਰਤਾਂ ਦਿੰਨੇ ਆ ਯਾਰ ਦਿਮਾਗ ਵਾਲੇ ਬੰਦੇ ਦਾ ਕੰਮ ਆ ਉਹ ਮੇਰੇ ਕੋਲ ਹੈ ਨਹੀਂ ਲੈ ਭਾਈ ਤੁਸੀਂ ਦੱਸਿਆ ਕਿ ਮੈਂ ਡੈਂਟਲ ਸਾਇੰਸ ਦੇ ਵਿੱਚ ਮੈਡੀਕਲ ਨਕਲ ਮਾਰ ਕੇ ਅੰਡਰਲਾਈਨ ਕਰਿਆ ਮੈਂ ਥੋੜੀ ਜਿਹੀ ਐਂ ਰੱਖ ਲੈਂਦਾ ਭਾਈ ਨਕਲ ਇਧਰੋਂ ਮਰਾ ਓਕੇ ਠੀਕ ਹੈ ਥੋੜੀ ਨਕਲ ਇਧਰੋਂ ਮਰਾ ਦਿੰਦੇ ਹਾਂ ਚਲੋ ਟਰਾਈ ਕਰਦੇ ਹਾਂ ਭਾਈ ਆਉਂਦੇ ਲੈਣਾ ਸੋ ਪਹਿਲੀ ਬੁਝਾਰ ਤੇ ਭਾਜੀ ਕੀ ਵਿੰਗ ਤੜਿੰਗੀ ਲੱਕੜੀ ਉਹਦਾ ਗੰਨੇ ਵਰਗਾ ਰਸ ਜਲੇਬੀ ਕੀ ਬਾਤ ਹੈ ਜੀ ਜਲੇਬੀ ਬਾਈ ਤਾਂ ਨਹੀਂ ਭਾਜੀ ਕਿਤੇ ਸਹੀ ਹੈ ਗੰਨੇ ਤਾਂ ਫੜੇਗੀ ਨਾ ਗੰਨੇ ਵਰਗਾ ਰਸ ਮੈਨੂੰ ਲੱਗਦਾ ਬਾਈ ਤੁਸੀਂ ਕਮਾਦਲਾ ਵਾਲੇ ਪਾਸੇ ਰਹੇ ਜੱਟ ਬੰਦੇ ਆ ਬਾਈ ਦੇਸੀ ਬੰਦੇ ਆ ਗੰਨੇ ਤਾਂ ਬੜੀ ਜਲਦੀ ਚੱਕ ਲਿਆ ਗਾ ਹੋਰ ਪਰ ਅਸੀਂ ਲੋਕ ਆ ਯਾਰ ਅਸੀਂ ਪਿੰਡਾਂ ਵਾਲੇ ਅੱਛਾ ਬਾਈ ਹੁਣ ਅਗਲੀ ਜਿਹੜੀ ਬੁਝਾਰਤ ਪੁੱਛਣ ਜਾ ਰਿਹਾ ਨਾ ਜੀ ਇਹ ਏਡੀ ਸੌਖੀ ਨਹੀਂ ਹੋਣੀ ਜਲੇਬੀ ਵਾਂਗੂ ਥੋੜੀ ਜਿਹੀ ਕੰਮ ਕਮਾ ਕੇ ਪਾਉਂਦੇ ਆ ਸੋਣ ਪਾਦੋ ਇੱਕ ਰੁੱਤ ਦੋ ਬੁੜੀਆਂ ਦੀ ਇੱਕ ਗੁੱਤ ਸੋਣ ਪਾਦੋ ਇੱਕ ਰੁੱਤ ਦੋ ਬੁੜੀਆਂ ਦੀ ਇੱਕ ਗੁੱਤ ਦੋ ਬੁੜੀਆਂ ਦੀ ਇੱਕ ਗੁੱਤ ਭਾਜੀ ਬੱਚਿਆਂ ਨੂੰ ਬੜੀ ਚੀਜ਼ ਪਿਆਰੀ ਲੱਗਦੀ ਹੈ ਜਿੱਥੇ ਦੇਖਦੇ ਝੂਲਾ ਝੂਲਾ ਪੀਂਗ ਅੰਗਰੇਜ਼ੀ ਰੂਪ ਦੇ ਵਿੱਚ ਹੱਲ ਕਰਦਾ ਕਦੇ ਕਦੇ ਮੇਰੇ ਅੰਦਰ ਅੰਗਰੇਜ਼ੀ ਭੂਤ ਆ ਜਾਂਦਾ ਅੰਗਰੇਜ਼ ਬਣ ਜਾਂਦਾ ਸਹੀ ਹੈ ਸਹੀ ਤੁਸੀਂ ਸੀਸਾ ਲਿਆ ਅੱਛਾ ਜੀ ਅੱਛਾ ਭਾਜੀ ਬੁਝਾਰਤਾਂ ਤਾਂ ਹੋ ਗਈਆਂ ਜੀ ਇਹ ਦੱਸੋ ਗਾਣੇ ਸੁਣ ਦਿਓ ਹਾਂ ਬਿਲਕੁਲ ਬਿਲਕੁਲ ਪੁਰਾਣੇ ਨਵੇਂ ਸਾਰੇ ਸੁਣਦੇ ਸਾਰੇ 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 ਫਿਰ ਤਾਂ ਸਵਾਦ ਹੈਗਾ ਭਾਜੀ ਹੁਣ ਮੈਂ ਤੁਹਾਨੂੰ ਗਾਣੇ ਸੁਣਾਊਂਗਾ ਤੁਸੀਂ ਦੱਸਣਾ ਕਿ ਬਈ ਕਿਹੜੀ ਫਿਲਮ ਦਾ ਗਾਣਾ ਹੈ ਜਾਂ ਕਿਹੜੇ ਸਿੰਗਰ ਨੇ ਗਾਇਆ ਹੋਇਆ ਓਕੇ ਠੀਕ ਹੈ ਭਾਈ ਰਾਈਟ ਸਮਝ ਗਏ ਗੇਮ ਨੂੰ ਬਿਲਕੁਲ ਸੋ ਪਲੀਜ਼ ਪਹਿਲਾਂ ਗਾਣਾ ਚਲਾ ਦਿਓ ਜੀ ਕਿਆ ਬਾਤ ਆ ਸੁਪਰਹਿਟ ਫਿਲਮ ਦਾ ਗਾਣਾ ਯਾਰ ਸਮਝ ਗਏ ਹੈ ਭਾਜੀ ਬੰਦ ਕਰ ਦਿਓ ਜੀ ਸਮਝ ਗਏ ਨੇ ਭਾਜੀ ਹੁਣੀ ਕਿਆ ਬਾਤ ਹੈ ਚੰਨ ਪਰਦੇਸੀ ਫਿਲਮ ਦਾ ਗਾਣਾ ਕਿਆ ਬਾਤ ਹੈ ਜੀ ਕਿਆ ਬਾਤ ਹੈ ਬਹੁਤ ਹੀ ਸੁਪਰਹਿਟ ਫਿਲਮ ਔਰ ਬੜਾ ਗਾਇ ਵੀ ਬਹੁਤ ਪਿਆਰਾ ਹੁਣ ਵੀ ਸੁਣ ਕੇ ਨਾ ਮਜ਼ਾ ਆਉਂਦਾ ਸਵਾਦ ਆਉਂਦਾ ਬਹੁਤ ਬਹੁਤ ਯਾਰ ਕਿੰਨਾ ਮਿੱਠਾਸ ਹੈ ਮੈਲੋਡੀ ਹੈ ਸੋ ਭਾਜੀ ਹੁਣ ਪਲੇ ਕਰਦੇ ਹਾਂ ਦੂਸਰਾ ਗਾਣਾ ਤੁਸੀਂ ਦੱਸਣਾ ਕਿ ਬਈ ਕਿਹੜੀ ਫਿਲਮ ਦਾ ਗਾਣਾ ਹੈ ਜੀ ਸੋ ਪਲੀਜ਼ ਪਲੇ ਸੈਕਿੰਡ ਸੌਂਗ ਜੀ ਕਿਆ ਬਾਤ ਹੈ ਗੁਰਦਾਸ ਮਾਨ ਸਾਹਿਬ ਕਿਆ ਬਾਤ ਹੈ ਜੀ ਇਹ ਫਿਲਮ ਦੱਸਣੀ ਬਈ ਕਿਹੜੀ ਫਿਲਮ ਦਾ ਗਾਣਾ ਹੈ ਇੱਕ ਮਿੰਟ ਹਾਂ ਇਹ ਤਾਂ ਮਿਊਜ਼ਿਕ ਆਪਣਾ ਉਹਦਾ ਆ ਗਿਆ ਸ਼ਹੀਦੇ ਮੁਹੱਬਤ ਦੋ ਜਵਾਬ ਦੇ ਤੇ ਇਕੱਠੇ ਸੋ ਇਹ ਗਿਫਟ ਤੁਹਾਡਾ ਐਕਸਟਰਾ ਬਣ ਗਿਆ ਬਹੁਤ ਸੋਹਣਾ ਖੇਡਿਓ ਭਾਜੀ ਮੈਨੂੰ ਲੱਗਦਾ ਤੁਸੀਂ ਵੀ ਕਾਫੀ ਸ਼ੌਕੀਨ ਹੋ ਮਿਊਜ਼ਿਕ ਤੇ ਹਨਾ ਮਿਊਜ਼ਿਕ ਤੇ ਬਹੁਤ ਸ਼ੌਕੀਨ ਹਾਂ ਵੀਰੇ ਮੈਂ ਬਹੁਤ ਜ਼ਿਆਦਾ ਤੁਹਾਡੇ ਕਿਹੜੇ ਵੈਸੇ ਫੇਵਰਟ ਨੇ ਆਪਣੇ ਮੇਰੇ ਬਹੁਤ ਮੈਂ ਮਤਲਬ ਕਿ ਹਰ ਲੈਂਗੁਏਜ ਦੇ ਵਿੱਚ ਮੇਰਾ ਇੱਕ ਆਪਦਾ ਫਿਰ ਤੋਂ ਸਵਾਗਤ ਹੈ ਸਭ ਦਾ ਤੁਹਾਡੇ ਆਪਣੇ ਫੇਵਰੇਟ ਪੰਜਾਬੀ ਸ਼ੋ ਪੀਟੀਸੀ ਸ਼ੋਕੇਸ ਦੇ ਵਿੱਚ ਅੱਜ ਗੱਲ ਕਰ ਰਹੇ ਹਾਂ ਯਾਦ ਗਰੇਵਾਲ ਜੀ ਦੇ ਨਾਲ ਸੋ ਭਾਜੀ ਤੁਸੀਂ ਬਹੁਤ ਸਾਰੇ ਗਾਣਿਆਂ ਦੀ ਵੀਡੀਓ ਡਾਇਰੈਕਟ ਕੀਤੀ ਹੋਈ ਆਪ ਵੀ ਪੰਜਾਬੀ ਗਾਣਿਆਂ ਦੀ ਲਗਭਗ 200-300 ਗਾਣਿਆਂ ਤੋਂ ਬਾਅਦ ਕੀਤੇ ਹੋਏ ਨੇ ਹਾਂਜੀ ਹਾਂਜੀ ਸੋ ਤੁਸੀਂ ਇਹ ਦੱਸੋ ਕਿ ਹਾਲੇ ਤੱਕ ਮੂਵੀ ਕਿਉਂ ਨਹੀਂ ਕੀਤੀ ਵਕਤ ਦਾ ਇੰਤਜ਼ਾਰ ਕਰ ਰਹੇ ਹਾਂ ਲੈਟ ਦਾ ਰਾਈਟ ਟਾਈਮ ਕਮ ਕਰਾਂਗੇ ਬਟ ਮਤਲਬ ਦੇਖਣ ਨੂੰ ਮਿਲੇਗਾ ਸਾਨੂੰ ਤੁਹਾਡੇ ਨੂੰ ਐਜ਼ ਅ ਡਾਇਰੈਕਟਰ ਹਾਂ ਯਾਰ ਪੱਕਾ ਕੁਝ ਕੁਝ ਪਲਾਨ ਵੀ ਕੀਤਾ ਹੋਇਆ ਇਦਾਂ ਦਾ ਕੁਝ ਹਾਂ ਚੱਲ ਰਿਹਾ ਕੁਝ ਸਹੀ ਹੈ ਕਰੀ ਜਾ ਰਿਹਾ ਮੈਂ ਹਲੇ ਜੀ ਜੀ ਅੱਛਾ ਭਾਜੀ ਉਹ ਕਿਹੜੀਆਂ ਅਜਿਹੀਆਂ ਤਿੰਨ ਚੀਜ਼ਾਂ ਨੇ ਤੁਹਾਡੇ ਆਪਣੇ ਬਾਰੇ ਜੋ ਤੁਹਾਨੂੰ ਬੜੀਆਂ ਅਟਰੈਕਟ ਕਰਦੇ ਨੇ ਆਪਣੇ ਲਈ ਤਾਂ ਯਾਰ ਇਹ ਹੈ ਕਿ ਮੈਂ ਮਤਲਬ ਬੜਾ ਸੌਫਟ ਹਾਰਟ ਜਿਹਾ ਮੈਂ ਕਿਸੇ ਨੂੰ ਨਾ ਮਤਲਬ ਤਕਲੀਫ 'ਚ ਨਹੀਂ ਦੇਖ ਸਕਦਾ ਇਹ ਮੈਨੂੰ ਵਧੀਆ ਲੱਗਦਾ ਆਪਦੇ ਆਪ ਨੂੰ ਚਲੋ ਵੀ ਇੱਕ ਸਹੀ ਹੈ ਇੱਕ ਦੂਜਾ ਮੈਂ ਗੋਡ ਫੀਅਰਿੰਗ ਬਹੁਤ ਹੈ ਜੀ ਜੀ ਰੱਬ ਨੂੰ ਮੈਂ ਮਤਲਬ ਫੀਅਰਿੰਗ ਨਹੀਂ ਬੜਾ ਪਿਆਰ ਕਰਦਾ ਰੱਬ ਨੂੰ ਮਤਲਬ ਰੱਬ ਨੂੰ ਰੱਬ 'ਚ ਕਾਫੀ ਯਕੀਨ ਰੱਖਦੇ ਹਾਂ ਹਾਂ ਯਕੀਨ ਰੱਖਦਾ ਕਾਫੀ ਯਕੀਨ ਰੱਖਦਾ ਅਤੇ ਤੀਜੀ ਗੱਲ ਇਹ ਹੈ ਕਿ ਮੈਂ ਆਪਣੀ ਮਦਰ ਨਾਲ ਮੇਰੀ ਬੜੀ ਅਟੈਚਮੈਂਟ ਹੈ ਇਸ ਗੱਲ ਦਾ ਮੈਨੂੰ ਬਹੁਤ ਉਹ ਹੈ ਸਹੀ ਹੈ ਜੀ ਮੇਰੀ ਮਾਂ ਨਾਲ ਮੇਰਾ ਬਹੁਤ ਪਿਆਰ ਹੈ
ਸਹੀ ਹੈ। ਅੱਛਾ ਭਾਅ ਜੀ, ਇੱਕ ਚੀਜ਼ ਤਾਂ ਮੈਂ ਕਹਿਣਾ ਚਾਹੂੰਗਾ ਜੀ, ਤੁਸੀਂ ਕਿਹਾ ਕਿ ਬੜਾ ਮੈਂ ਸੋਫਟ ਹਾਰਟਡ ਹਾਂ, ਉਹ ਤੁਹਾਨੂੰ ਦੇਖ ਹੀ ਵੀ ਰਿਹਾ ਕਿ ਤੁਸੀਂ ਫਿਲਮਾਂ 'ਚ ਕੁਛ ਹੋਰ ਕਿਰਦਾਰ ਨਿਭਾਉਂਦੇ ਹੋ, ਕੁਛ ਹੋਰ ਤਰੀਕੇ ਦੇ ਨਾਲ, ਹੈ ਨਾ, ਇੱਕਦਮ ਜੰਮ ਕੇ ਆਉਂਦੇ ਹੋ ਪੂਰਾ ਜੋਸ਼ ਨਾਲ, ਪੂਰਾ ਐਂਗਰੀ ਦੇ ਨਾਲ, ਔਰ ਸਾਹਿਬ ਇੱਥੇ ਕੁਛ ਹੋਰ, ਬਿਲਕੁਲ ਹੀ ਇੱਕਦਮ ਬੰਦਾ ਤਰਸ ਆ ਰਿਹਾ, ਸਭ ਜਿਹਾ ਬੰਦਾ ਵੇਖਿਆ ਜੀ, ਇਹ ਬੜਾ ਇੱਕ ਚੇਂਜ ਹੈਗਾ ਕਰੈਕਟਰ ਦੇ ਵਿੱਚ, ਮੈਨੂੰ ਲੱਗਦਾ ਕਿ ਇਹ ਵੀ ਬੜਾ ਨਿਭਾਉਣਾ ਔਖਾ ਹੈ। ਪਰਮਾਤਮਾ ਦੀ ਮਿਹਰ ਦੀਆਂ ਗੱਲਾਂ ਬਾਤਾਂ। ਸਹੀ ਹੈ ਜੀ। ਅੱਛਾ ਭਾਈ, ਕੰਪਲੀਮੈਂਟਸ ਤੁਹਾਨੂੰ ਹਮੇਸ਼ਾ ਮਿਲਦੇ ਰਹੇ ਹੋਣਗੇ ਬਹੁਤ ਸਾਰੇ, ਹੈ ਨਾ, ਚੰਗੇ ਵੀ, ਮੋਟੀਵੇਸ਼ਨਲ ਵੀ, ਹਰ ਤਰੀਕੇ ਦੇ। ਸੋ ਉਹ ਕਿਹੜਾ ਕੋਈ ਕੰਪਲੀਮੈਂਟ ਹੈਗਾ ਜਿਹੜਾ ਤੁਹਾਨੂੰ ਅੱਜ ਤੱਕ ਦਾ ਮਤਲਬ ਯਾਦ ਹੋਵੇ, ਬੈਸਟ ਕੰਪਲੀਮੈਂਟ ਹੋਵੇ, ਜਾਂ ਕੋਈ ਇਦਾਂ ਦੀ ਕੋਈ ਸਲਾਹ ਹੋਵੇ ਕਿ ਬਈ ਅੱਛਾ ਇਹ ਚੀਜ਼ ਮੇਰੇ ਦਿਲ 'ਚ ਘਰ ਕਰਕੇ? ਯਾਰ ਬੜੇ ਕੰਪਲੀਮੈਂਟ ਨੇ, ਮਤਲਬ ਜਿਹੜੇ ਲੋਕਾਂ ਨੂੰ, ਲੋਕਾਂ ਵੱਲੋਂ ਮਿਲਦੇ ਨੇ ਜੀ ਜੀ, ਸਪੈਸ਼ਲੀ ਅਸਲ ਤਾਂ ਆਹੀ ਹੁੰਦਾ ਹੈਗਾ ਕਿ ਜਦੋਂ ਆਪਾਂ ਕਿਸੇ ਦੀ ਹੈਲਪ ਕਰੀਏ ਤਾਂ ਕੋਈ ਬੰਦਾ, ਹੈ ਨਾ, ਉਹ ਕਰਦਾ। ਸਹੀ। ਇੱਕ ਵਾਰੀ ਮੈਂ ਇੱਕ ਆਪਣਾ ਬਜ਼ੁਰਗ ਆਦਮੀ ਸੀ, ਸੂਰਦਾਸ ਜੀ, ਅੰਨੇ ਸੀਗੇ, ਉਹਨਾਂ ਨੂੰ ਮੈਨੂੰ ਕਿਸੇ ਨੇ ਕਿਹਾ ਸੀ ਵੀ ਜੇ ਕੋਈ ਤੁਹਾਨੂੰ ਟੱਕਰ ਨਾ ਨੇਤਰਹੀਨ, ਤਾਂ ਉਹਨਾਂ ਨੂੰ ਉਹਨਾਂ ਨੂੰ ਬਰਫੀ ਖਵਾਈ, ਤਾਂ ਮੈਂ ਉਹਨੂੰ ਬਰਫੀ ਖਵਾਈ ਸੀ, ਬੜਾ ਖੁਸ਼ ਹੋਇਆ ਸੀ ਉਹ, ਮੈਨੂੰ ਬੜਾ ਟੱਚ ਕਰੀ ਸੀ ਗੱਲਬਾਤ। ਕਿਆ ਬਾਤ ਹੈ ਜੀ। ਅੱਛਾ ਭਾਅ ਜੀ, ਕਦੀ ਐਂ ਹੁੰਦਾ ਕਿ ਕੋਈ ਆਵੇ ਭਾਅ ਜੀ ਮੈਂ ਤੁਹਾਡੇ ਵਾਂਗੂ ਬਦਮਾਸ਼ ਬਣਨਾ ਚਾਹੁੰਦਾ? ਬੜੇ ਆਉਂਦੇ ਆ ਯਾਰ, ਬੜੇ ਆਉਂਦੇ ਆ। ਅੱਛਾ ਜੀ। ਹਾਂ, ਕਹਿੰਦੇ ਬਾਈ ਬਦਮਾਸ਼ੀ ਤਾਂ ਤੇਰੀ ਬੜੀ ਘੈਂਟ, ਬਾਈ ਸਿਰਾ ਲਾ ਦੇਣਾ ਬਦਮਾਸ਼ੀ ਵਾਲਾ, ਬਾਈ ਤੇਰੇ ਵਾਂਗੂ ਬਦਮਾਸ਼ੀ ਕਰਨੀ ਆ। ਉਹ ਮੈਂ ਕਹਿੰਦਾ ਤਾਂ ਫਿਲਮਾਂ 'ਚ ਕਰਦੇ, ਸੱਚੀ ਮੁੱਚੀ ਨਾ ਕਰਦੇ, ਪੁਲਿਸ ਵਾਲੇ ਕੋਟ ਕੋਟ ਪੂਰਾ ਕਰ ਦੇਣਗੇ। ਸਹੀ ਗੱਲ ਹੈ ਜੀ। ਕਦੀ ਕੋਈ ਐਂ ਕੋਈ ਬੰਦਾ ਮਿਲਿਆ ਜਿਹੜਾ ਮਿਲਦੇ ਨਾ ਬਦਮਾਸ਼ੀ ਕਰਨ ਦੇ? ਹਾਂਜੀ ਹਾਂ, ਸਹੀ ਗੱਲ ਹੈ, ਬਹੁਤ ਮਿਲਦੇ ਆ। ਯੰਗ ਮੁੰਡੇ ਬੜੇ ਇੰਸਪਾਇਰ ਹੁੰਦੇ ਆ ਨਾ, ਵੀ ਉਹ ਅੱਜ ਕੱਲ੍ਹ ਤੁਹਾਨੂੰ ਪਤਾ ਸਪੈਸ਼ਲੀ ਪੰਜਾਬੀ ਵੱਡੇ ਆਪਣੇ ਥੋੜ੍ਹੇ ਗਰਮ ਖੂਨ ਹੁੰਦੇ ਨੇ, ਅਤੇ ਬੜੇ ਕਹਿੰਦੇ ਬਾਈ ਬਦਮਾਸ਼ੀ ਕਰਨੀ ਤੇਰੇ ਵਾਂਗੂ, ਜਿਵੇਂ ਤੂੰ ਫਿਲਮਾਂ 'ਚ ਬਦਮਾਸ਼ੀ ਕਰਦਾ। ਅਤੇ ਫਿਰ ਮੈਂ ਉਹਨਾਂ ਨੂੰ ਸਮਝਾਉਂਦਾ ਹੁੰਦਾ ਵੀ ਬੇਵਕੂਫੋ, ਸਾਨੂੰ ਤਾਂ ਪੈਸੇ ਮਿਲਦੇ ਆ ਐਕਟਿੰਗ ਕਰਦੇ, ਅਤੇ ਡਰਾਮਾ ਹੈ ਕਿ ਤੁਸੀਂ ਸੱਚੀ ਮੁੱਚੀ ਐਵੇਂ ਕਿਸੇ 'ਤੇ ਚਪੇੜ ਮਾਰ ਬੈਠੋ, ਅਗਲਾ ਘੋਟ ਘੋਟ ਦੂਰਾ ਕਰ ਦੂਗਾ। ਬਿਲਕੁਲ ਬਿਲਕੁਲ। ਸੋ ਭਾਅ ਜੀ, ਜਿਹੜੇ ਅੱਜ ਕੱਲ੍ਹ ਰੀਸੈਂਟਲੀ ਪੰਜਾਬੀ ਫਿਲਮਾਂ ਰਿਲੀਜ਼ ਹੋ ਰਹੀਆਂ ਨੇ ਜੀ, ਅਗਰ ਤੁਹਾਨੂੰ ਮੈਂ ਦੱਸਣੀ ਹੋਵੇ ਕਿ ਤੁਹਾਡੀ ਕੋਈ ਇੱਕ ਫੇਵਰਟ ਜੀ, ਤਾਂ ਕਿਹੜੀ ਫਿਲਮ ਹੋਏਗੀ ਜਿਹੜੀ ਤੁਹਾਨੂੰ ਪਸੰਦ ਆ? ਅੱਜ ਕੱਲ੍ਹ ਰਿਲੀਜ਼ ਰੀਸੈਂਟਲੀ ਚੱਲ ਹੋਈਆਂ ਕਿਹੜੀਆਂ ਰਿਲੀਜ਼? ਅੱਜ ਕੱਲ੍ਹ ਮੈਨੂੰ ਤਾਂ ਤੰਗ ਦੀ ਕੋਈ, ਮੇਰੀ ਆਪਦੀ ਰਿਲੀਜ਼ ਹੋਈ ਸੀ ਜੋਰਾ 10 ਨੰਬਰੀ ਆ, ਮੈਨੂੰ ਤਾਂ ਉਹੀ ਵਧੀਆ ਲੱਗਦੀ ਹੈ। ਸਹੀ ਹੈ, ਕਹਿਣ ਲੱਗਦੀ ਹੈ। ਫੇਰ ਜਵਾਬ ਆ ਭਾਅ ਜੀ ਆਪਣਾ, ਜੇ ਤੁਸੀਂ ਕੀਤੀ ਆ ਤਾਂ ਤੁਹਾਨੂੰ ਪਸੰਦ ਆ ਤਾਂ ਹੀ ਕੀਤੀ? ਨਹੀਂ ਨਹੀਂ ਨਹੀਂ, ਉਹ ਫਿਲਮ ਜੋਰਾ 10 ਨੰਬਰੀ ਆ, ਸਾਡੇ ਵੱਡੇ ਵੀਰ ਅਮਰਦੀਪ ਸਿੰਘ ਗਿੱਲ ਹੋਣਾ ਦੀ ਡਾਇਰੈਕਸ਼ਨ ਦੇ ਵਿੱਚ ਬੜੀ ਫਿਲਮ, ਅੱਛੀ ਫਿਲਮ ਬਣਾਈ ਉਹਨਾਂ ਨੇ, ਬਿਲਕੁਲ ਅੱਛੀ ਕੋਸ਼ਿਸ਼ ਕਰੀ ਆ, ਬੜੀ ਫਿਲਮ ਬਣੀ ਵੀ ਬੜੀ ਹਟਕੇ ਸੀਗੀ, ਔਰ ਬੜੀ ਸਟੇਬਲ ਫਿਲਮ ਸੀ, ਬੜੀ ਪਿਆਰੀ ਫਿਲਮ, ਬੜੀ ਪਿਆਰੀ ਫਿਲਮ, ਲੋਕਾਂ ਨੂੰ ਕਾਫੀ ਪਸੰਦ ਆਈ ਸੀ। ਹਾਂ, ਟੈਕਨੀਕਲੀ ਬੜੀ ਸਾਊਂਡ ਫਿਲਮ ਆ, ਉਹ ਥੋੜੇ ਇੰਟੈਲੈਕਚੁਅਲ ਬੰਦਿਆਂ ਨੂੰ, ਸਿਆਣੇ ਬੰਦਿਆਂ ਨੂੰ ਕਾਫੀ ਪਸੰਦ ਆਈ ਸੀ ਜੀ ਜੀ। ਅੱਛਾ ਭਾਅ ਜੀ, ਹੁਣ ਜਿਹੜਾ ਮੈਂ ਮੁੱਦਾ ਤੁਹਾਨੂੰ ਪੁੱਛਣ ਚੱਲਿਆ ਜੀ, ਮੇਰੇ ਵੀ ਦਿਲ ਦਾ ਸਵਾਲ ਹੈ, ਔਰ ਕਾਫੀ ਸਾਰੇ ਲੋਕਾਂ ਦਾ ਹੋਏਗਾ ਕਿ ਬਈ ਪੰਜਾਬੀ ਇੰਡਸਟਰੀ ਦੇ ਵਿੱਚ ਸਿਰਫ ਸਿੰਗਰਸ ਦੀਆਂ ਫਿਲਮਾਂ ਨੂੰ ਹੀ ਅਸੈਪਟੈਂਸ ਮਿਲਦੀ ਹੈ ਨਾ, ਨੌਨ ਸਿੰਗਰਸ ਨੂੰ ਆਡੀਅੰਸ ਘੱਟ ਮਿਲਦੀ ਹੈ ਜਾਂ ਉਨੀ ਅਸੈਪਟੈਂਸ ਨਹੀਂ, ਤੁਹਾਨੂੰ ਕੀ ਲੱਗਦਾ ਕੀ ਰੀਜ਼ਨ ਹੈਗਾ ਇਹਦਾ? ਇਹ ਉਹਦਾ ਕਾਰਨ ਇਹ ਹੈ ਕਿ ਸਿੰਗਰਸ ਨੂੰ ਆਲਰੇਡੀ ਫੇਮ ਮਿਲਿਆ ਹੁੰਦਾ, ਉਹਨਾਂ ਦੀ ਫੈਨ ਫੋਲੋਇੰਗ ਹੁੰਦੀ ਹੈ, ਠੀਕ ਹੈ, ਜਿਹੜੇ ਉਹਨਾਂ ਦੇ ਫੈਨ ਹੁੰਦੇ ਨੇ ਉਹ ਆਪਦੇ, ਮਤਲਬ ਕੋਈ ਵੀ ਹੈ ਉਹਨਾਂ ਦਾ ਹੀਰੋ ਹੈ ਜਿਹੜਾ ਉਹਨਾਂ ਦਾ ਆਈਡਲ ਹੈਗਾ, ਉਹਨੂੰ ਦੇਖਣ ਜਾਂਦੇ ਹੀ ਜਾਂਦੇ ਆ ਜੀ ਜੀ, ਠੀਕ ਹੈ। ਦੂਜੀ ਗੱਲ ਇਹ ਕਿ ਆਪਣੀ ਪੰਜਾਬੀ ਇੰਡਸਟਰੀ ਹਾਲੇ ਉਨੀ ਡਿਵੈਲਪ ਨਹੀਂ ਹੋਈ ਕਿ ਇਹਦੇ ਵਿੱਚ ਐਕਟਰਸ ਨੇ ਜਿਹੜੇ ਉਹਨੇ ਐਸਟੈਬਲਿਸ਼ ਹੋਏ ਨਹੀਂ ਹਾਲੇ, ਜੇ ਕੋਈ ਹੁੰਦਾ ਵੀ ਹੈ ਤਾਂ ਇਹ ਉਹੀ ਗੱਲ ਵੀ, ਇੱਥੇ ਸਿੰਗਰ ਡੋਮੀਨੇਟਿੰਗ ਇੰਡਸਟਰੀ ਹੋਣ ਕਰਕੇ ਜੇ ਕੋਈ ਐਕਟਰ ਐਸਟੈਬਲਿਸ਼ ਹੁੰਦਾ ਉਹ ਬੰਬੇ ਭੱਜ ਜਾਂਦਾ, ਉਹ ਹਿੰਦੀ ਫਿਲਮਾਂ 'ਚ ਵੜ ਜਾਂਦਾ। ਸਹੀ ਹੈ ਜੀ, ਠੀਕ ਹੈ ਨਾ, ਅਤੇ ਇਹੀ ਇੱਕ ਕਾਰਨ ਹੈ। ਫਿਰ ਪ੍ਰੋਡਿਊਸਰ ਆਪਦਾ ਰਿਸਕ ਕਵਰ ਕਰਨ ਵਾਸਤੇ ਸਿੰਗਰ ਨੂੰ ਲੈਣ ਦੀ ਕੋਸ਼ਿਸ਼ ਕਰਦਾ, ਕਿਉਂ ਹੋਰ ਨਹੀਂ ਤਾਂ ਵੀ ਸਿੰਗਰ ਤੋਂ ਗਾਣੇ ਗਵਾ ਕੇ ਘੱਟੋ ਘੱਟ ਗਾਣੇ ਤਾਂ ਚੱਲਣਗੇ ਨਾ, ਮਿਊਜ਼ਿਕ ਤਾਂ ਮੇਰੇ ਵੇਖ ਹੀ ਜਾਊਗਾ ਨਾ, ਮੇਰੇ ਪੈਸੇ ਤਾਂ ਰਿਕਵਰ ਹੋ ਹੀ ਜਾਣਗੇ ਨਾ, ਆਹ ਚੀਜ਼ਾਂ ਹੋ ਜਾਂਦੀਆਂ। ਬਟ ਭਾਜੀ, ਕਦੀ ਕਈ ਪ੍ਰੋਡਿਊਸਰ ਨੇ ਟਰਾਈ ਵੀ ਕੀਤਾ ਐਕਟਰਸ ਦੇ ਨਾਲ, ਹੈ ਨਾ, ਕਈ ਮੂਵੀਜ਼ ਆਏ ਜਿਹ 'ਚ ਐਕਟਰ ਸਿੰਗਰ ਨਹੀਂ ਸੀਗੇ, ਬਟ ਆਡੀਅੰਸ ਹੀ ਨਹੀਂ ਮਿਲਦੀ ਉਹਨਾਂ ਨੂੰ। ਨਹੀਂ, ਐਸੀ ਗੱਲ ਨਹੀਂ ਹੈ, ਬੜੇ ਮਤਲਬ ਕਿ ਜਿਮੀ ਸ਼ੇਰਗਿੱਲ ਹੁਣ ਕਿਹੜਾ ਸਿੰਗਰ ਹੈ, ਬਿਲਕੁਲ, ਕਿੰਨੀਆਂ ਸੁਪਰੇਟ ਫਿਲਮਾਂ ਦਿੱਤੀਆਂ ਉਹਨੇ, ਐਸੀ ਕੋਈ ਗੱਲ ਨਹੀਂ ਹੈ। ਕੰਟੈਂਟ ਵਿਕਦਾ, ਵਧੀਆ ਕੰਟੈਂਟ ਲੈ ਕੇ, ਉਹ ਤਾਂ ਇਹ ਕੋਈ ਮੈਂ ਨਹੀਂ ਰੱਖਦਾ ਕਿ ਸਿੰਗਰ ਹੈ ਜਾਂ ਨੌਨ ਸਿੰਗਰ ਹੈ, ਵਧੀਆ ਐਕਟਰ ਹੋਣਾ ਚਾਹੀਦਾ। ਮਤਲਬ ਕਿ ਅਗਰ ਤੁਸੀਂ ਕੋਈ ਫਿਲਮ ਡਾਇਰੈਕਟ ਕਰਦੇ ਹੋ ਤਾਂ ਤੁਸੀਂ ਮੈਨੂੰ ਲਾਓਗੇ? ਹਾਂ, ਡੈਫੀਨਿਟਲੀ, ਕਿਉਂ ਨਹੀਂ ਯਾਰ, ਕਿਉਂ ਨਹੀਂ, ਡੈਫੀਨਿਟਲੀ, ਕਿਉਂਕਿ ਸਿੰਗਰ ਨਹੀਂ ਪੱਕਾ। ਨਹੀਂ ਬਿਲਕੁਲ ਭਾਈ, ਮੈਨੂੰ ਦੇਖੋ ਪਰਸਨਲੀ ਫੀਲ ਹੁੰਦਾ ਕਿ ਬਈ ਸਿੰਗਰ ਡੋਮੀਨੇਟ ਇੰਡਸਟਰੀ ਨਹੀਂ ਹੋਣੀ ਚਾਹੀਦੀ। ਨਹੀਂ, ਇੱਦਾਂ ਦੀ ਕੋਈ ਗੱਲ ਹੈ ਵੀ ਨਹੀਂ, ਗੱਲ ਇਹ ਹੈ ਕਿ ਸਿੰਗਰਸ ਆਲਰੇਡੀ ਐਸਟੈਬਲਿਸ਼ ਹੋ ਚੁੱਕੇ ਨੇ, ਠੀਕ ਹੈ ਨਾ, ਉਹਨਾਂ ਨੇ ਵੈਸੇ ਜ਼ਿਆਦਾਤਰ ਪ੍ਰੋਡਿਊਸਰ ਖੁਦ ਸਿੰਗਰਸ ਹੀ ਨੇ ਯਾਰ, ਉਹ ਕੀ ਕਰਦੇ ਆ, ਉਹਨਾਂ ਨੇ ਐਲਬਮ ਕੱਢਣੀ ਹੁੰਦੀ ਹੈ, 5-7 ਗਾਣੇ ਰਿਕਾਰਡ ਕਰਨੇ ਹੁੰਦੇ ਆ, ਉਹ 'ਤੇ ਵੈਸੇ 50-60 ਲੱਖ ਰੁਪਇਆ ਲੱਗ ਜਾਂਦਾ, ਠੀਕ ਹੈ। ਅਗਲਾ ਕਹਿੰਦਾ ਹੋਰ ਪਾ ਕੇ 50-60 ਲੱਖ, 1-1.5 ਕਰੋੜ ਰੁਪਇਆ ਲਾ ਕੇ ਫਿਲਮ ਬਣਾ ਲੈਂਦੇ ਆ, ਨਾਲੇ ਗਾਣੇ ਪੈ ਜਾਂਗੇ, ਠੀਕ ਹੈ ਕਿ ਨਹੀਂ, ਗਾਣੇ ਹੈਗੇ, ਐਲਬਮ ਕੱਢਣ ਦੀ ਬਜਾਏ ਫਿਲਮ ਕੱਢ ਦਿਓ। ਸਹੀ ਹੈ, ਆਹ ਟ੍ਰੈਂਡ ਵੀ ਚੱਲਿਆ ਹੋਇਆ ਨਾ ਇੱਕ, ਬਿਲਕੁਲ ਬਿਲਕੁਲ, ਠੀਕ ਹੈ ਨਾ। ਬਾਕੀ ਐਸੀ ਗੱਲ ਨਹੀਂ ਹੈ, ਤੁਸੀਂ ਇੱਕ ਵਧੀਆ ਕੰਸੈਪਟ ਲੈ ਕੇ ਆਓ, ਸਟੋਰੀ ਤੁਹਾਡੀ, ਸਕ੍ਰਿਪਟ
ਜਲਦੀ ਫਿਲਹਾਲ ਤਾਂ ਮੈਂ ਇੱਕ ਆਪਣਾ ਸਲਮਾਨ ਖਾਨ ਪ੍ਰੋਡਕਸ਼ਨ ਦੇ ਵਿੱਚ ਸੀਰੀਅਲ ਕਰ ਰਿਹਾ, ਸੀਰੀਜ਼ ਹੈਗੀਆਂ ਉਹ, ਟੀਵੀ ਸ਼ੋਅ ਹੈ ਸਟਾਰ ਪਲੱਸ ਦਾ। ਕੀ ਬਾਤ ਹੈ, ਗਾਮਾ ਪਹਿਲਵਾਨ। ਕੀ ਬਾਤ ਹੈ ਭਾਜੀ। ਸੋਹੇਲ ਖਾਨ ਉਹਦੇ 'ਚ ਹੀਰੋ ਕਰ ਰਿਹਾ, ਮੈਂ ਵਿਲਨ ਕਰ ਰਿਹਾ ਉਹਦੇ ਵਿੱਚ। ਫਿਰ ਵਿਲਨ ਦਾ ਟੈਗ ਲੱਗ ਗਿਆ। ਸੋ ਕਿਹਦਾ ਨਾ ਕਰੈਕਟਰ ਭਾਈ ਤੁਹਾਡਾ ਕੁਝ ਦੱਸਣਾ ਚਾਹੋਗੇ? ਉਹਦੇ 'ਚ ਉਹ ਐਕਚੁਅਲੀ ਟਾਈਮ ਪੀਰੀਅਡ ਹੈਗਾ। ਅੱਛਾ ਜੀ। ਤੇ ਉਹਦੇ 'ਚ ਅੰਗਰੇਜ਼ਾਂ ਦੇ ਜ਼ਮਾਨੇ ਦਾ ਟਾਈਮ ਹੈਗਾ, ਤੇ ਉਦੋਂ ਥਾਣੇਦਾਰ ਨੂੰ ਦਰੋਗਾ ਕਹਿੰਦੇ ਹੁੰਦੇ ਸੀ। ਉਹਦੇ 'ਚ ਇੱਕ ਦਰੋਗਾ ਦਾ ਰੋਲ ਹੈ ਜਿਹੜਾ ਕਿ ਨੈਗੇਟਿਵ ਨਹੀਂ ਹੈਗਾ, ਮਤਲਬ ਬੰਦਾ ਹਿੰਦੁਸਤਾਨੀ ਹੈ। ਅੱਛਾ ਜੀ। ਪਰ ਉਹਨੂੰ ਮਤਲਬ ਉਸ ਟਾਈਮ ਦੇ ਹਿਸਾਬ ਨਾਲ ਉਹਨੂੰ ਦਰੋਗਾ ਹੈਗਾ, ਤਾਂ ਆਪਦੇ ਵੱਡੇ ਅਫਸਰਾਂ ਦੇ ਤਲਵੇ ਵੀ ਚੱਟਦਾ, ਪਰ ਕਿਤੇ ਨਾ ਕਿਤੇ ਉਹਨੂੰ ਫੀਲ ਵੀ ਹੁੰਦਾ ਕਿ ਯਾਰ ਮੈਂ ਹਿੰਦੁਸਤਾਨੀ ਹਾਂ। ਐਂਡ 'ਤੇ ਜਾ ਕੇ ਕਿਤੇ ਨਾ ਕਿਤੇ ਉਹ ਆਪਦੀ ਹਿੰਦੁਸਤਾਨੀ ਆਪਣਾ ਕੰਮ ਕਰ ਜਾਂਦਾ ਜਿਹੜਾ ਹੈਗਾ ਉਹਦੇ ਅੰਦਰ ਨਾ, ਮਤਲਬ ਕਿ ਦੇਸ਼ ਭਗਤੀ ਉਹਦੀ ਜਿਹੜੀ ਬਹੁਤ ਆਪਦੇ ਦੇਸ਼ ਪ੍ਰਤੀ ਥੋੜ੍ਹਾ ਬਹੁਤ, ਉਹ ਕਿਤੇ ਨਾ ਕਿਤੇ ਨਿਕਲ ਕੇ ਆਉਂਦਾ ਬਾਹਰ, ਨਜ਼ਰ ਆਉਂਦਾ ਕਿਤੇ ਨਾ ਕਿਤੇ ਉਹ, ਅਤੇ ਉਹ ਪੋਜ਼ਿਟਿਵਿਟੀ ਹੈ ਜਿਹੜੀ ਉਹਦੀ ਉਹ ਦਿਖਦੀ ਹੈ। ਸਹੀ। ਇਸ ਕਰਕੇ ਆਪਾਂ ਇਹ ਨਹੀਂ ਕਹਿ ਸਕਦੇ ਟੋਟਲੀ ਡਾਰਕ ਕੈਰੈਕਟਰ ਹੈ, ਟੋਟਲੀ ਨੈਗੇਟਿਵ ਕੈਰੈਕਟਰ ਹੈ। ਠੀਕ ਹੈ ਜੀ। ਮਤਲਬ ਕਿਤੇ ਨਾ ਕਿਤੇ ਤੁਹਾਡੀ ਅੱਛਾਈ ਵੀ ਐਂਡ ਤੇ ਦਿਖੇ। ਹਾਂਜੀ ਹਾਂਜੀ, ਉਹ ਕੈਰੈਕਟਰ ਦੀ ਅੱਛਾਈ ਉਹਦੇ 'ਚ ਦਿਖਦੀ ਹੈ, ਦਿਖੇਗੀ। ਹਿੰਦੁਸਤਾਨੀ ਹਿੰਦੁਸਤਾਨੀ ਹੁੰਦਾ। ਬਿਲਕੁਲ ਭਾਜੀ। ਔਰ ਇਸ ਤੋਂ ਇਲਾਵਾ ਹੋਰ ਕੀ ਭਾਜੀ ਆਏਗਾ ਜਲਦੀ ਤੁਹਾਡਾ? ਹੋਰ ਚੱਲ ਰਹੀਆਂ ਇੱਕ ਦੋ ਫਿਲਮਾਂ, ਪੰਜਾਬੀ ਮੂਵੀਜ਼, ਇੱਕ ਅਮਰਦੀਪ ਗਿੱਲ ਹੋਣੀ ਹੀ ਪਲਾਨ ਕਰ ਰਹੇ ਨੇ। ਅੱਛਾ ਜੀ। ਉਹਦੇ 'ਚ ਮਤਲਬ ਕਿ ਇੱਕ ਸੀ ਕਰਤਾਰਾ, ਉਹਦੇ 'ਚ ਉਹ ਮੈਨੂੰ ਮੇਨ ਲੀਡ ਲੈ ਕੇ ਕਰਨ ਸੋਚ ਰਹੇ ਨੇ। ਉਹ ਦੇਖੋ, ਕਿਆ ਬਾਤ ਹੈ, ਬਹੁਤ ਬਹੁਤ ਵਧੀਆ ਗੱਲ ਹੈ ਜੀ। ਹਾਂ, ਬਾਕੀ ਪ੍ਰੇਮ ਸਿੱਧੂ ਹੈਗਾ ਸਾਡਾ ਵੀ ਡਾਇਰੈਕਟਰ। ਸਹੀ ਹੈ ਜੀ। ਅੱਛਾ, ਜਿਹੜੀ ਵਿਲਨ ਵਾਲੀ ਇਮੇਜ ਹੈਗੀ ਟੁੱਟੇਗੀ ਅੱਗੇ? ਬਿਲਕੁਲ ਟੁੱਟੇਗੀ ਜੀ, ਬਕਾਇਦਾ ਟੁੱਟੇਗੀ ਹੈ ਨਾ। ਕਿਉਂਕਿ ਇਹ ਟੁੱਟਣ ਦਾ ਮਤਲਬ ਇਹ ਹੈ ਕਿ ਇੱਕ ਐਕਟਰ ਹੋਣਾ, ਸਟੈਬਲਿਸ਼ ਹੋਣਾ ਬੜਾ ਜ਼ਰੂਰੀ ਹੈ। ਸਹੀ ਹੈ। ਵਿਲਨ ਹੈ ਕਿ ਹੀਰੋ ਹੈ, ਕਾਮੇਡੀਅਨ ਹੈ ਜਾਂ ਕੈਰੈਕਟਰ ਆਰਟਿਸਟ ਹੈ, ਮੈਂ ਨਹੀਂ ਰੱਖਦਾ। ਸਹੀ ਹੈ ਜੀ। ਲੇਕਿਨ ਆਉਣ ਵਾਲਾ ਜਿਹੜਾ ਜ਼ਮਾਨਾ ਹੈ ਨਾ, ਆਉਣ ਵਾਲਾ ਟਾਈਮ ਐਂਡ ਆਪਣੀ ਫਿਲਮ ਇੰਡਸਟਰੀ ਦਾ, ਇੱਦਾਂ ਦਾ ਹੀ ਹੋਊਗਾ, ਐਕਟਰਸ ਦੀ ਪਹਿਚਾਣ ਹੋਊਗੀ, ਨਾ ਕਿ ਉੱਥੇ ਮਤਲਬ ਕਿ ਹੀਰੋ ਵਿਲਨ ਜਿਸ ਕਿ ਨਹੀਂ, ਅਮਰੀਸ਼ ਪੁਰੀ ਅਤੇ ਰਜੇਸ਼ ਖੰਨਾ, ਉਹ ਨਹੀਂ ਹੋਣਗੇ। ਬਿਲਕੁਲ ਭਾਅ ਜੀ। ਬਾਲੀਵੁੱਡ 'ਚ ਸਭ ਤੋਂ ਵੱਡੀ ਐਗਜ਼ਾਮਪਲ ਆ ਨਵਾਜ਼ੂਦੀਨ ਸਦੀਕੀ ਹੈ ਨਾ। ਦੇਖੋ ਦੇਖੋ ਤੁਹਾਡੇ ਸਾਹਮਣੇ, ਮਤਲਬ ਉਹ ਟਾਈਮ ਆ ਰਿਹਾ ਪੰਜਾਬੀ ਇੰਡਸਟਰੀ ਦਾ ਵੀ, ਇੱਦਾਂ ਦਾ ਆਜੂਗਾ ਕਿ ਕੰਟੈਂਟ ਬੇਸ ਅਸੀਂ ਗੱਲ ਕਰਾਂਗੇ। ਕਿਉਂਕਿ ਭਾਅ ਜੀ ਫੇਸ ਤੁਰਦਾ ਉੱਪਰੋਂ, ਹਾਲੀਵੁੱਡ ਤੋਂ ਬਾਲੀਵੁੱਡ, ਬਾਲੀਵੁੱਡ ਤੋਂ ਬਾਲੀਵੁੱਡ ਹੈ ਨਾ। ਉਸ ਤਰੀਕੇ ਨਾਲ ਰੋਜ਼ ਰਸ ਨਿਕਲਦਾ ਨਿਕਲਦਾ ਐਂਡ ਤੱਕ ਇੱਥੇ ਨੁੱਚੜਦਾ ਪਹੁੰਚ ਜਾਂਦਾ, ਪਰ ਪਹੁੰਚਦਾ ਜ਼ਰੂਰ ਹੈ ਭਾਅ ਜੀ। ਜੀ ਜੀ ਜੀ। ਤਾਂ ਭਾਅ ਜੀ ਆਲ ਦੀ ਬੈਸਟ ਜੀ ਤੁਹਾਨੂੰ, ਤੁਹਾਡੇ ਆਉਣ ਵਾਲੇ ਪ੍ਰੋਜੈਕਟਸ ਦੇ ਲਈ ਸੁਪਰ ਡੁਪਰ ਹਿੱਟ ਜਾਣ, ਪਰਮਾਤਮਾ ਤਰੱਕੀਆਂ ਬਖਸ਼ੇ। ਥੈਂਕ ਯੂ ਸੋ ਮਚ ਅਮਨ, ਥੈਂਕ ਯੂ ਸੋ ਮਚ ਵੀਰੇ, ਬਹੁਤ ਚੰਗਾ ਲੱਗਾ ਭਾਅ ਜੀ ਗੱਲ ਕਰਕੇ। ਆਲ ਦੀ ਬੈਸਟ ਭਾਅ ਜੀ। ਬੜੀ ਮਿਹਰਬਾਨੀ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ।